ਅਮਰਦਾਸ ਗੁਰ ਹਿਰਦੈ ਧਿਆਮੋ ਹਿਰਦੈ ਧਿਆਮੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰ ਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨ ਆਏ ਬਹੁ ਗੁਰੂ ਤੇਗ ਬਹਾਦਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਧਰੋ ਤਰਾ ਪਰ ਪੁਨ ਪੁਨ ਸਿਛਾ ਵਾਹਿਗੁਰੂ ਪੁਨ ਪੁਨ ਸਿ ਸਿਛਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸੁ ਮਹਿ ਅਮਰਿਤ ਗਿਆਨ ਹੈ ਮਾਨਕ ਭਗਤ ਬੈਰਾਗਿ ਸਿਰ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁraag ਏਕੰਕਾਰ ਸਤਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਹਿ ਬਿਗਨ ਬਿਨਾਸ਼ਨ ਹੋਇ ਹਾਂਜੀ ਸੁਤ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਤ ਕੋ ਦੇਖਤ ਅਦਕ ਆਨੰਦ ਹੈ ਜਾਣਹਿ ਇਹ ਜਰ ਤੁਰਕ ਨਿਕੰਦ ਹੈ ਮਨ ਸਨੇਹ ਕੇ ਸਨੇਬ ਡੇਰੇ ਕਰਹਿ ਬਿਠਾਵਨ ਆਪਣੇ ਨੇਰੇ ਸਤਿ ਕੋ ਦੇਖਤ ਅਦਕ ਆਨੰਦ ਹੈ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ, ਪਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾ, ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀ ਸੰਗਤ ਪਿਆਰ ਨਾਲ ਦੋਵੇਂ ਹੱਥ ਜੋੜੀਏ ਗੱਦ ਕੇ ਉਚਾਰਨ ਕਰੀਏ ਜੀ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏ ਮਹਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਸੋਹਣੇ ਪਵਿੱਤਰ ਮਹਾਨ ਦਰਸ਼ਨ ਕਰ ਰਹੇ ਹੋ ਸਤਿਗੁਰੂ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਗਰੀਬ ਨਵਾਜ਼ ਸਤਿਗੁਰੂ ਜੀ ਦਾ ਜਸ ਸੁਣ ਰਹੇ ਹੋ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਥਾ ਆਪ ਦੀ ਸੰਗਤਾਂ ਬੜੇ ਹੀ ਪਿਆਰ ਨਾਲ ਸੁਣ ਰਹੇ ਹੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੋੜ ਪਟਨਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਆਏ ਹਨ ਜੀ ਬਹੁਤ ਵੱਡਾ ਉਤਸ਼ਾਹ ਕੀਤਾ ਗਿਆ ਬੜਾ ਚਾਅ ਮਨਾਇਆ ਗਿਆ ਬੜੀਆਂ ਖੁਸ਼ੀਆਂ ਕੀਤੀਆਂ ਗਈਆਂ ਜਦੋਂ ਸਤਿਗੁਰੂ ਜੀ ਪਟਨਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਆਏ ਜੀ ਬਾਲਾ ਪ੍ਰੀਤਮ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਸ ਵਿੱਚ ਬਚਨ ਬਿਲਾਸ ਜਿਹੜੇ ਹੁੰਦੇ ਆ ਕੱਲ ਦੀ ਕਥਾ ਵਿੱਚ ਆਪ ਜੀ ਨੇ ਉਹ ਬਚਨ ਬਿਲਾਸ ਸਰਬਣ ਕੀਤੇ ਸਨ ਸਤਸੰਗਤ ਜੀ ਮਹਾਰਾਜ ਗਰੀਬ ਨਿਵਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਬੜੇ ਹੀ ਪਿਆਰ ਨਾਲ ਬਾਲਾ ਪ੍ਰੀਤਮ ਜੀ ਪੁੱਛਦੇ ਆ ਪਿਤਾ ਜੀ ਜਿੱਥੇ ਆਪ ਜੀ ਗਏ ਸੀ ਉੱਥੇ ਕਿੱਥੇ ਕੁ ਗਏ ਸੀ ਆਪ ਜੀ ਆਪ ਜੀ ਪਹਿਲਾਂ ਗਏ ਕਿੱਥੇ ਸੀਗੇ ਕਿੰਨੇ ਦੂਰ ਗਏ ਸੀਗੇ ਤੇ ਜਿਸ جنگ ਵਾਸਤੇ ਗਏ ਸੀ ਉਹਦਾ ਕੀ ਬਣਿਆ ਮਹਾਰਾਜ ਇਹ ਸੁਣ ਕੇ ਬੜਾ ਖੁਸ਼ ਹੋਏ ਵੀ ਇਹਨਾਂ ਦਾ ਧਿਆਨ ਕਿੰਨਾ ਇਕਾਗਰ ਹੈ ਨਹੀਂ ਤੇ ਬਾਲਕ ਇਹੋ ਜਿਹੇ ਸਵਾਲ ਕਿੱਥੋਂ ਪੁੱਛਦੇ ਆ ਜੀ ਬੱਚਿਆਂ ਦਾ ਕੋਈ ਸਬਕਤਾਬੇ ਨਹੀਂ ਹੁੰਦਾ ਵੀ ਉਹ ਵੀ ਇਹੋ ਜੇ ਸਵਾਲ ਪੁੱਛਣ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਸਾਰੀ ਗੱਲ ਦੱਸੀ ਜੀ ਵੀ ਅਸੀਂ ਟਾਕੇ ਵਿੱਚ ਗਏ ਸਾਂ ਅਸਾਮ ਦੀ ਧਰਤੀ ਤੇ ਗਏ ਸਾਂ ਉੱਥੇ ਸਾਡੇ ਹੋਰ ਵੀ ਗੁਰੂ ਪਿਆਰ ਵਾਲੇ ਸਿੱਖ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਚਰਨ ਪਾਏ ਸਨ ਮਹਾਰਾਜ ਜੀ ਨੇ ਚਰਨ ਪਾ ਕੇ ਉਸ ਧਰਤੀ ਨੂੰ ਪਵਿੱਤਰ ਕੀਤਾ ਇਹ ਸਾਰੇ ਬਚਨ ਜਿਹੜੇ ਆ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਲਾ ਪ੍ਰੀਤਮ ਜੀ ਨੂੰ ਸੁਣਾਉਂਦੇ ਹਨ ਉਹ ਕਥਾ ਕਲ ਆਪ ਜੀ ਨੇ ਸਰਬਣ ਕੀਤੀ ਦੱਸਿਆ ਵੀ ਅਸੀਂ ਦੋਵਾਂ ਰਾਜਿਆਂ ਦੀ ਸੰਧੀ ਕਰਾ ਦਿੱਤੀ ਹੈ ਦੋਵਾਂ ਰਾਜਿਆਂ ਨੂੰ ਲੜਨ ਨਹੀਂ ਦਿੱਤਾ ਜਿੱਤ ਸਾਡੀ ਵੀ ਹੋਈ ਹੈ ਤੇ ਉਹਨਾਂ ਦੀ ਵੀ ਹੋਈ ਹੈ ਬਾਲਾ ਪ੍ਰੀਤਮ ਜੀ ਬਹੁਤ ਖੁਸ਼ ਹੋਏ ਸਾਰੀਆਂ ਸੰਗਤਾਂ ਹੀ ਬੜੀਆਂ ਖੁਸ਼ ਹੋਈਆਂ ਪਟਨਾ ਸਾਹਿਬ ਜੀ ਦੇ ਵਿੱਚ ਇਹ ਖਬਰ ਫੈਲ ਗਈ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਆਗੇ ਆ। ਔਰ ਵੱਡੀ ਗੱਲ ਲੋਕ ਇਹ ਵੀ ਜਸ ਕਰਦੇ ਆ ਬੇ ਗੁਰੂ ਜੀ ਆਏ ਤੇ ਨੇ ਪਰ ਜਿਸ ਕਾਰਜ ਵਾਸਤੇ ਗਏ ਸੀ ਕਾਰਜ ਸਫਲਾ ਕੀਤਾ ਮਹਾਰਾਜ ਨੇ। ਰਾਜੇ ਬਿਸ਼ਨ ਸਿੰਘ ਦੀ ਇੱਜ਼ਤ ਬਚੀ ਐ। ਰਾਜਾ ਬਿਸ਼ਨ ਸਿੰਘ 3 ਦਿਨ ਪਟਨਾ ਸਾਹਿਬ ਗੁਰੂ ਜੀ ਦੇ ਚਰਨਾਂ ਵਿੱਚ ਰਿਹਾ ਜੀ। 3 ਦਿਨ ਮਹਾਰਾਜ ਜੀ ਦੇ ਖੁੱਲੇ ਦਰਸ਼ਨ ਦਿਦਾਰੇ ਕਰਦਾ ਰਿਹਾ। ਤੀਜੇ ਦਿਨ ਉਹਨੇ ਫਿਰ ਮਹਾਰਾਜ ਵਾਹਿਗੁਰੂ ਚੌਥੇ ਦਿਨ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਬਾਦਸ਼ਾਹ ਨੂੰ ਜਾ ਕੇ ਖਬਰ ਸੁਣਾਉਣੀ ਹੈ ਆਪ ਕਿਰਪਾ ਕਰੋ ਤੇ ਆਗਿਆ ਬਖਸ਼ਿਸ਼ ਕਰੋ ਮਾਇਆ ਵੀ ਪੇਟਾ ਕੀਤੀ ਰਾਜੇ ਨੇ ਕਿਉਂਕਿ ਰਾਜਾ ਬਿਸ਼ਨ ਸਿੰਘ ਸਵਾਸ ਸਵਾਸ ਗੁਰੂ ਜੀ ਦਾ ਸ਼ੁਕਰ ਕਰਦਾ ਸੀਗਾ ਰਾਜੇ ਬਿਸ਼ਨ ਸਿੰਘ ਨੂੰ ਪਤਾ ਹੈ ਵੀ ਜੇ ਮੈਂ ਜ਼ਿੰਦਾ ਬਚਿਆ ਵਾਂ ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਬਚਿਆ ਹਾਂ ਆਖੋ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦਇਆ ਦੇ ਨਾਲ ਮੈਂ ਜਿਉਂਦਾ ਬਚ ਕੇ ਵਾਪਸ ਆਇਆ ਹਾਂ ਰਾਜੇ ਵਿਸ਼ਨ ਸਿੰਘ ਨੂੰ ਮਹਾਰਾਜ ਕਹਿੰਦੇ ਵਿਸ਼ਨ ਸਿੰਘ ਜਾਓ ਪਹਿਲਾਂ ਬਾਦਸ਼ਾਹ ਨੂੰ ਖਬਰ ਸੁਣਾਓ ਮੁੜ ਆਪਣੇ ਦੇਸ਼ ਵਿੱਚ ਜਾਓ ਪਰ ਇੱਕ ਗੱਲ ਦਾ ਚੇਤਾ ਰੱਖਣਾ ਆਪਣੇ ਦੇਸ਼ ਵਿੱਚ ਜਾ ਕੇ ਪਰਮੇਸ਼ਰ ਦਾ ਨਾਮ ਜਪਣਾ ਹੈ ਗੁਰੂ ਘਰ ਵਿੱਚ ਜਿਹੜੀ ਮੁੱਖ ਗੱਲ ਹੈ ਉਹ ਨਾਮ ਹੀ ਹੈ ਸਾ ਸੰਗਤ ਜੀ ਸਾਰੀ ਬਾਣੀ ਵਿੱਚ ਮੁੱਖ ਗੱਲ ਜਿਹੜੀ ਹੈ ਉਹ ਨਾਮ ਹੈ ਪਿਛੇ ਜੇ ਬੰਗਲਾ ਸਾਹਿਬ ਕਥਾ ਹੋਈ ਸੀ ਤੇ ਮਾਰੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਰਪਾ ਕੀਤੀ ਮੌਕਾ ਬਖਸ਼ਿਸ਼ ਕੀਤਾ ਉਥੇ ਸ਼ਬਦ ਹੀ ਇਹ ਸੀ ਨਾਮ ਵਹੋਂ ਭੁੱਲਾ ਜੱਗ ਫਿਰੇ ਬੇਤਾਲਿਆ ਪਰਮੇਸ਼ਰ ਦੇ ਨਾਮ ਤੋਂ ਜਿਹੜਾ ਬੰਦਾ ਭੁੱਲ ਗਿਆ ਨਾ ਜੀ ਉਹ ਬੇਤਾਲਾ ਤੁਰਿਆ ਫਿਰਦਾ ਜੀ ਬੇਤਾਲੇ ਦੇ ਬੜੇ ਅਰਥ ਨੇ ਮੁਕਦੀ ਗੱਲ ਇਹ ਹੈ ਕਿ ਜਦੋਂ ਕੋਈ ਰਾਗੀ ਸਿੰਘ ਕੀਰਤਨ ਕਰਦੇ ਹੁਣ ਤੇ ਤਬਲੇ ਵਾਲਾ ਬੇਤਾਲਾ ਹੋ ਜਾਵੇ ਨਾ ਜੀ ਉਹਨੂੰ ਜੋੜੀ ਵਜਾਉਣੀ ਨਾ ਆਵੇ ਤਾਲ ਵਿੱਚ ਨਾ ਆਵੇ ਕਹਿੰਦੇ ਬੇਤਾਲਾ ਹੋ ਗਿਆ ਜੀ ਮਹਾਰਾਜ ਕਹਿੰਦੇ ਜਿਹੜਾ ਬੰਦਾ ਵਾਹਿਗੁਰੂ ਦੇ ਨਾਮ ਤੋਂ ਭੁੱਲ ਗਿਆ ਨਾ ਜੀ ਉਹ ਸਮਝੋ ਬੇਤਾਲਾ ਹੋ ਗਿਆ ਜੀ ਜਿਹੜਾ ਤਬਲ ਤੇ ਬੇਤਾਲਾ ਹੋ ਜਾਂਦਾ ਨਾ ਜੀ ਉਹਨੂੰ ਸੁਣਦਾ ਨਹੀਂ ਕੋਈ ਉਹਦਾ ਤਬਲਾ ਨਹੀਂ ਕੋਈ ਸੁਣਦਾ ਰਾਗੀ ਸਿੰਘ ਇਸ਼ਾਰੇ ਮਾਰਦੇ ਵੀ ਤੂੰ ਆਪਣੀ ਜੋੜੀ ਸਹੀ ਕਰ ਹਾਂਜੀ ਦੁਨੀਆ ਨੂੰ ਉਹ ਚੰਗਾ ਨਹੀਂ ਲੱਗਦਾ ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਦੇ ਨਾਮ ਤੋਂ ਭੁੱਲ ਗਏ ਉਹ ਬੇਤਾਲੇ ਹੋ ਗਏ ਨੇ ਉਹ ਵੀ ਨਹੀਂ ਚੰਗੇ ਲੱਗਦੇ ਯਾਰ ਨਾਲ ਸਾਰੇ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ ਇਸ ਕਰਕੇ ਵਾਹਿਗੁਰੂ ਜੀ ਦਾ ਨਾਮ ਬੜਾ ਹੀ ਜ਼ਰੂਰੀ ਹੈ ਬੜਾ ਹੀ ਜ਼ਰੂਰੀ ਹੈ ਆਤਮਾ ਨੂੰ ਮਨ ਨੂੰ ਬਲਵਾਨ ਕਰਨ ਵਾਸਤੇ ਸਭ ਤੋਂ ਜ਼ਰੂਰੀ ਹੈ ਨਾ ਜਿਹੜੇ ਕੋਈ ਉਹ ਪਰਮੇਸ਼ਰ ਦਾ ਨਾਮ ਹੈ ਸ਼ਰੀਰ ਤਾਂ ਖਾ ਕੇ ਖਾ ਪੀ ਕੇ ਐਕਸਰਸਾਈਜ਼ ਕਰਕੇ ਬਲਵਾਨ ਹੋ ਜਾਏਗਾ ਪਰ ਜਿਹੜਾ ਮਨ ਹੈ ਮਨ ਆਤਮਾ ਏ ਵਾਹਿਗੁਰੂ ਦੇ ਨਾਮ ਜਪਣ ਨਾਲ ਬਲਵਾਨ ਹੋਣਗੇ ਮਾਰਕ ਕਹਿਣ ਲੱਗੇ ਨਾਮ ਵੀ ਜਪਣਾ ਹੀ ਲੋੜ ਪਵੇ ਓੰਕਾਰ ਦਾ ਸਮਾ ਆ ਜਾਵੇ ਤੇ ਗੁਰੂ ਘਰ ਨੂੰ ਯਾਦ ਕਰੀ ਅਸੀਂ ਤੇਰੀ ਮਦਦ ਲਈ ਪਹੁੰਚਾਂਗੇ ਸੋ ਬਿਸ਼ਨ ਸਿੰਘ ਰਾਜਾ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਖੁਸ਼ੀਆਂ ਲੈ ਕੇ ਸਾਧ ਸੰਗਤ ਦੀ ਔਰੰਗ ਦੇਵ ਕੋਲ ਗਿਆ ਜੀ ਨੌਰੰਗੇ ਨੂੰ ਉਹਨੇ ਦੱਸਿਆ ਵੀ ਮੈਂ ਗੁਰੂ ਜੀ ਦੀ ਕਿਰਪਾ ਨਾਲ ਬਚਿਆ ਜੇ ਮਹਾਰਾਜ ਕਿਰਪਾ ਨਾ ਕਰਦੇ ਤੇ ਮੈਂ ਬਚਣਾ ਨਹੀਂ ਸੀ ਨਰੰਗਾ ਹੈਰਾਨ ਹੋ ਗਿਆ ਵੀ ਉਸ ਦੇਸ਼ ਵਿੱਚੋਂ ਤਾਂ ਜਿਉਂਦਾ ਵਾਪਸ ਹੀ ਕੋਈ ਨਹੀਂ ਆਉਂਦਾ ਇਹ ਕਿਵੇਂ ਵਾਪਸ ਆ ਗਿਆ ਇਹ ਜਿਉਂਦਾ ਵਾਪਸ ਕਿਵੇਂ ਆਇਆ ਜਦੋਂ ਨਰੰਗੇ ਨੂੰ ਪਤਾ ਲੱਗਾ ਨਰੰਗਾ ਗੁਰੂ ਸਾਹਿਬ ਦੀ ਸਿਵਤਤ ਨਹੀਂ ਕਰਦਾ ਪਰ ਉਹਨੂੰ ਪਤਾ ਲੱਗ ਗਿਆ ਵੀ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ਾਂ ਵਾਲੇ ਕਿਰਪਾ ਵਾਲੇ ਹੈਗੇ ਨੇ ਬਿਸ਼ਨਧ ਸਿੰਘ ਰਾਜਾ ਆਪਣੇ ਰਾਜਪਾਗ ਵਿੱਚ ਚਲੇ ਗਿਆ ਜਦੋਂ ਆਪਣੇ ਰਾਜਪਾਗ ਵਿੱਚ ਪਹੁੰਚਿਆ ਤੇ ਬੜੀਆਂ ਖੁਸ਼ੀਆਂ ਮਨਾਇਆਂ ਉੱਥੇ ਬੜਾ ਚਾਅ ਹੋਇਆ ਬਿਸ਼ਨਧ ਸਿੰਘ ਨੇ ਆਪਣੀ ਰਾਣੀ ਦਾ ਆਪਣੀ ਮਾਂ ਦਾ ਸਾਰਿਆਂ ਦਾ ਧੰਨਵਾਦ ਕੀਤਾ ਤੁਸੀਂ ਗੁਰੂ ਜੀ ਦਾ ਜਸ ਮੈਨੂੰ ਦੱਸਿਆ ਮੈਂ ਗੁਰੂ ਜੀ ਦੇ ਚਰਨਾਂ ਵਿੱਚ ਗਿਆ ਤਾਂ ਜਿਉਂਦਾ ਬਚ ਕੇ ਆਇਆ ਨਹੀਂ ਤੇ ਮੈਂ ਜਿਉਂਦਾ ਵਾਪਸ ਨਹੀਂ ਸੀ ਆਉਣਾ ਆਖੋ ਸ੍ਰੀ ਵਾਹਿਗੁਰੂ ਵੇਖੋ ਹਰ ਬੰਦੇ ਵਾਸਤੇ ਆਪਣੀ ਜਾਨ ਜ਼ਰੂਰੀ ਆ ਗਈ ਹੈ ਜੀ ਕੋਈ ਵੀ ਬੰਦਾ ਹੈਗਾ ਉਹ ਚਾਹੁੰਦਾ ਮੈਨੂੰ ਮੁਸ਼ਕਲ ਨਾ ਆਵੇ ਜੀ ਮੇਰੀ ਜਾਨ ਬਚੀ ਰਵੇ ਜੀ ਤੇ ਵਾਹਿਗੁਰੂ ਮਿਹਰ ਕਰਨ ਕਿਰਪਾ ਕਰਨ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਹੁਣ ਸੁਰਤਿਆਂ ਪਟਨਾ ਸਾਹਿਬ ਜੀ ਦੀ ਧਰਤੀ ਤੇ ਲੈ ਕੇ ਚੱਲੋ ਤਨ ਤਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹੋ ਪ੍ਰੇਮ ਨਾਲ ਸਾਰੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਹਾਰਾਜ ਜੀ ਪਟਨਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਆ ਕੇ ਸੱਜ ਚੁੱਕੇ ਹਨ ਜਿਵੇਂ ਦੁਨੀਆ ਦਾ ਭਲਾ ਕਰ ਰਹੇ ਹਨ ਉਹ ਪ੍ਰਸੰਗ ਹੁਣ ਆਪਾਂ ਸਰਵਣ ਕਰਾਂਗੇ ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਤ ਕੋ ਦੇਖਤ ਅਦਕ ਆਨੰਦ ਹੈ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਲਾ ਪ੍ਰੀਤਮ ਜੀ ਨੂੰ ਵੇਖ ਕੇ ਬੜੇ ਆਨੰਦ ਵਿੱਚ ਆਉਂਦੇ ਆ ਜੀ ਇੱਕ ਹੁੰਦੀ ਖੁਸ਼ੀ ਇੱਕ ਹੁੰਦਾ ਆਨੰਦ ਮਹਾਰਾਜ ਜੀ ਬੜੇ ਆਨੰਦ ਵਿੱਚ ਹੁੰਦੇ ਹਨ ਜਾਨਣਾ ਹੈ ਇਹ ਜਰ ਤੁਰਕ ਨਿਕੰਦ ਹੈ ਤੇ ਗੁਰੂ ਸਾਹਿਬ ਜੀ ਨੂੰ ਪਤਾ ਹੈ ਵੀ ਇਹ ਜਿਹੜਾ ਸਾਡਾ ਪੁੱਤਰ ਹੈ ਇਹਨੇ ਤੁਰਕਾਂ ਦੀ ਜੜ ਪੁੱਟ ਦੇਣੀ ਹੈ ਜੀ ਪਤਾ ਮੁਸਲਮਾਨ ਨਹੀਂ ਮਾੜੇ ਬੰਦੇ ਤੁਰਕ ਜਿਹੜੇ ਸਾਥ ਸੰਗੇ ਜੀ ਦੁਨੀਆ ਤੇ ਅਨਿਆਂ ਕਰਦੇ ਐ ਆ ਧਰਮੀ ਪੁਰਸ਼ ਉਹਨਾਂ ਦੀ ਜੜ ਪੁੱਟ ਦੇਣਗੇ ਹਾਂ ਜੀ ਮਨ ਸੰਯੋਹ ਕੇ ਸਨੇ ਬਡੇਰੇ ਹੁਣ ਬਾਲਾ ਪ੍ਰੀਤਮ ਜੀ ਜਦੋਂ ਆਉਂਦੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਬੜਾ ਪਿਆਰ ਕਰਦੇ ਜੀ ਹਾਂਜੀ ਕਰੇ ਬਿਠਾਵਨ ਆਪਣੇ ਨੇਰੇ ਤੇ ਸਤਿਗੁਰੂ ਜੀ ਆਪਣੇ ਲਾਗੇ ਬਿਠਾਉਂਦੇ ਆ ਬਾਲਾ ਪ੍ਰੀਤਮ ਜੀ ਨੂੰ ਕਈ ਵਾਰੀ ਗੋਦ ਚ ਬਿਠਾਉਂਦੇ ਆ ਕਈ ਵਾਰੀ ਗੱਦੀ ਤੇ ਨਾਲ ਬਿਠਾ ਲੈਂਦੇ ਕਿਉਂ ਪਤਾ ਵੀ ਮਾਲਕ ਤਾਂ ਇਹੋ ਹੀ ਨੇ ਗੱਦੀ ਦੇ ਮਾਲਕ ਨੇ ਧੁਰੋਂ ਰੱਬ ਦੀ ਮਿਹਰ ਹੈ ਇਹਨਾਂ ਉੱਤੇ ਮਹਾਰਾਜ ਜੀ ਆਪਣੇ ਲਾਗੇ ਬਿਠਾਉਂਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਗੁਰੂ ਜੀ ਲੀਲਾ ਜਥਾ ਜੰਗ ਕੀ ਠਾਨਾ ਕਿਵੇਂ ਇਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਜੰਗ ਦੀ ਲੀਲਾ ਕਰਨੀ ਹੈ ਵੇਖੋ ਆਮ ਪੁਰਸ਼ ਜੰਗ ਕਰਦੇ ਆ ਮਨੋ ਵੈਰ ਹੁੰਦਾ ਜੀ ਉਹਨਾਂ ਦਾ ਜੀ ਮਨੋ ਵੈਰ ਹੁੰਦਾ ਤੇ ਮਨ ਦੇ ਵੈਰ ਦੇ ਖਾਤਰ ਜੰਗ ਕਰਦੇ ਜੰਗ ਜੀਉ ਦੂਜਿਆਂ ਨਾਲ ਲੜਾਈਆਂ ਕਰਦੇ ਐ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਤਾ ਵੀ ਇਹਨਾਂ ਦਾ ਵੈਰ ਨਹੀਂ ਕਿਸੇ ਨਾਲ ਹੈਗਾ ਪਰ ਇਹਨਾਂ ਨੇ ਲੀਲਾ ਕਰਨੀ ਐ ਜੰਗ ਦੀ ਕੌਤਕ ਖੇਡਣਗੇ ਜੰਗ ਦੇ ਹਾਂਜੀ ਰਚ ਹੈ ਭਵਖ ਤਮਹਿ ਤਿਮ ਜਾਨੈ ਕਿਵੇਂ ਭਵਖ ਵਿੱਚ ਇਹਨਾਂ ਨੇ ਜੰਗਾਂ ਕਰਨੀਆਂ ਐ ਇਹਨਾਂ ਦੀ ਜੰਗ ਜਿਹੜੀ ਹੈ ਉਹ ਕਿਵੇਂ ਹੋਏਗੀ ਇਹ ਮਹਾਰਾਜ ਨੂੰ ਸਾਰਾ ਪਤਾ ਦਸਵੇਂ ਪਾਸ਼ਾ ਦੀਆਂ ਜੰਗਾਂ ਸਾਧ ਸੰਗਤ ਦੀ ਹੈਰਾਨ ਕਰਨ ਵਾਲੀਆਂ ਨੇ ਜੀ ਤੇ ਜਦੋਂ ਜਿੱਤਦੇ ਹਨ ਫਿਰ ਮਹਾਰਾਜ ਕਹਿੰਦੇ ਵੀ ਹੈ ਭਾਈ ਜਿੱਤ ਮੇਰੀ ਕਿਰਪਾ ਕਾਲ ਕੇਰੀ ਕਹਿੰਦੇ ਮੇਰੀ ਜਿੱਤ ਹੋਈ ਹੈ ਪਰ ਹੋਈ ਰੱਬ ਦੀ ਕਿਰਪਾ ਨਾਲ ਦਸਮ ਗ੍ਰੰਥ ਚ ਮਹਾਰਾਜ ਨੇ ਜ਼ਿਕਰ ਕੀਤਾ ਇਹਨਾਂ ਜੰਗਾਂ ਦਾ ਜੀ ਇੱਕ ਜੰਗ ਤਾਂ ਇਹੋ ਜੀ ਵੀ ਸੀਗੀ ਕਿ ਜਦੋਂ ਬਾਜਾਂ ਵਾਲੇ ਵਾਪਸ ਮੋੜਾਏ ਤੇ ਸਿੰਘ ਅੱਗੇ ਲੰਘ ਗਏ ਜੀ ਮਹਾਰਾਨੇ ਸਿੰਘਾਂ ਨੂੰ ਕਿਹਾ ਵਾਪਸ ਆਓ ਉਹ ਜੋਸ਼ ਵਿੱਚ ਹੀ ਇਹਨਾਂ ਉਹ ਅੱਗੇ ਲੰਘ ਗਏ ਜੀ ਤੇ ਫਿਰ ਕੀ ਸੀਗਾ ਜਦੋਂ ਸਤਗੁਰਾਂ ਨੇ ਘੋੜਾ ਮੋੜ ਲਿਆ ਨਾ ਜੀ ਤੇ ਖਾਲਸੇ ਦਾ ਜ਼ੋਰ ਘਟਣਾ ਸ਼ੁਰੂ ਹੋ ਗਿਆ ਜੀ ਤੇ ਖਾਲਸਾ ਹਰਨ ਲੱਗ ਪਿਆ ਜੀ ਖਾਲਸੇ ਨੂੰ ਸਮਝ ਆ ਗਈ ਵੀ ਇਹ ਤੇ ਗੁਰੂ ਸਭ ਘੋੜਾ ਮੋੜ ਗਏ ਤੇ ਮਹਾਰਾਜ ਘੋੜਾ ਮੋੜ ਕੇ ਤਹੀਂ ਹਰਨਾ ਸ਼ੁਰੂ ਹੋ ਗਏ ਸਿੱਖ ਆਵਾਜ਼ਾਂ ਮਾਰਨ ਪਿੱਛੋਂ ਗੁਰੂ ਕੇ ਸਿੱਖ ਸਿੰਘ ਖਾਲਸਾ ਮਹਾਰਾਜ ਵਾਪਸ ਆਓ ਮਹਾਰਾਜ ਨਾ ਆਉਣਾ ਬਥੇਰਾ ਆਖਣ ਮਰ ਨਹੀਂ ਆਏ ਜੀ ਇੱਕ ਸਿੰਘ ਨੇ ਫਿਰ ਸਤਗੁਰੂ ਜੀ ਦੇ ਅੱਗੇ ਘੋੜਾ ਕਰਕੇ ਨਾ ਗੁਰੂ ਸਾਹਿਬ ਜਿਸ ਘੋੜੇ ਦੇ ਉੱਤੇ ਬੈਠੇ ਸੀਗੇ ਉਸ ਘੋੜੇ ਨੂੰ ਕਿਹਾ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਵਾਸਤਾ ਘੋੜਿਆ ਹਿੱਲੀ ਨਾ ਇੱਥੋਂ ਉਹ ਘੋੜਾ ਨਹੀਂ ਹਿੱਲਿਆ ਜੀ ਫਿਰ ਤੇ ਘੋੜੇ ਵੀ ਗਿਆਨੀ ਸੀਗੇ ਜੀ ਘੋੜਾ ਹਿੱਲਿਆ ਨਹੀਂ ਫਿਰ ਮਹਾਰਾਜ ਵਾਪਸ ਗਏ ਜੀ ਇਹਦਾ ਮਤਲਬ ਇਹ ਹੈ ਵੀ ਗੁਰੂ ਸਿੱਖ ਦੀ ਪਿੱਠ ਤੇ ਖਲੋਵੇ ਤਾਂ ਜਿੱਤ ਰਹਿੰਦੀ ਹੈ ਗੁਰੂ ਦਾ ਹੱਥ ਚੁੱਕਿਆ ਜਾਵੇ ਤੇ ਬੰਦਾ ਹਾਰਨਾ ਸ਼ੁਰੂ ਹੋ ਜਾਂਦਾ ਹੈ ਸੱਚੇ ਪਾਲਸ਼ਾ ਗਰੀਬ ਨਿਵਾਜ ਮਹਾਰਾਜ ਆਉਣ ਵਾਲੇ ਸਮੇਂ 'ਚ ਜੰਗ ਕਰਨਗੇ ਇਹ ਸਾਰੀਆਂ ਗੱਲਾਂ ਗੁਰੂ ਤੇ ਇੱਕ ਵਾਰ ਦਰਜੀ ਆਪਣੇ ਮਨ ਵਿੱਚ ਵਿਚਾਰਦੇ ਰਹਿੰਦੇ ਆ ਹਾਂਜੀ ਬ੍ਰਹਮ ਗਿਆਨ ਤੇ ਉਤਪਤ ਹੋਵਾ ਇਹ ਵੀ ਪਤਾ ਵੀ ਬ੍ਰਹਮ ਗਿਆਨ ਤੋਂ ਤਾਂ ਉਤਪਤੀ ਹੋਈ ਹੈ ਇਹਨਾਂ ਦੀ ਹਾਂਜੀ ਮਨਹੋ ਬੀਰ ਰਸ ਅਗ ਤਨ ਜੋਵਾ ਪਰ ਇੰਜ ਲੱਗਦਾ ਜਿਵੇਂ ਬੀਰ ਰਸ ਛੋਟਾ ਸ਼ਰੀਰ ਧਾਰਨ ਕਰਕੇ ਧਰਤੀ ਤੇ ਆ ਗਿਆ ਹੋਵੇ ਹਾਂਜੀ ਜਿਵੇਂ ਦਸ਼ਰਥ ਕਰ ਪ੍ਰੇਮ ਬਿਲੰਦ ਹੈ ਜਿਵੇਂ ਰਾਜਾ ਦਸ਼ਰਥ ਆਪਣੇ ਪੁੱਤਰ ਸ਼੍ਰੀ ਰਾਮਚੰਦਰ ਜੀ ਨੂੰ ਬੜਾ ਪਿਆਰ ਕਰਦੇ ਸਨ ਹਾਂਜੀ ਦੇਖਤ ਰਾਮਚੰਦ ਨਿਜਨੰਦ ਹੈ ਉਹ ਜਿਵੇਂ ਰਾਜਾ ਦਸ਼ਰਥ ਆਪਣੇ ਪੁੱਤਰ ਰਾਮਚੰਦਰ ਜੀ ਨੂੰ ਦੇਖਦੇ ਸਨ ਤਥਾ ਦੁਲਾਰਨ ਅੰਕ ਬਿਠਾਵੈ ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਲਾ ਪ੍ਰੀਤਮ ਜੀ ਨੂੰ ਆਪਣੀ ਗੋਦ 'ਚ ਬਿਠਾਉਂਦੇ ਐ ਹਾਂਜੀ ਹਰ ਬਾਸ ਦੇਵ ਮਨਿੰਦ ਸੁਹਾਵੈ ਮਾਨੋ ਕ੍ਰਿਸ਼ਨ ਤੇ ਬਾਸ ਦੇਵ ਵਰਗਾ ਇਹਨਾਂ ਦੋਵਾਂ ਦੀ ਉਪਮਾ ਹੈ ਹਾਂਜੀ ਪੋਖਤ ਪਾਲਤ ਪਟ ਪਹਿਰਾਵਹਿ ਗੁਰੂ ਸਾਹਿਬ ਬੜਾ ਧਿਆਨ ਰੱਖਦੇ ਐ ਮਹਾਰਾਜ ਕਹਿੰਦੇ ਇਹਨਾਂ ਨੂੰ ਨਿਤ ਨਵੇਂ ਬਸਤਰ ਪਹਿਨਾਉਨੇ ਫਿਰ ਛਗਣ ਛਕਾਉਣ ਨੂੰ ਵਧੀਆ ਦੇਣਾ ਹਾਂਜੀ ਪਹਿਰ ਬਿਪੋਖਨ ਸਭ ਮਨ ਭਾਵਹਿ ਜੋ ਬਾਲਾ ਪ੍ਰੀਤਮ ਜੀ ਕਹਿਣ ਆਪਣੇ ਪਰਿਵਾਰ ਨੂੰ ਮਹਾਰਾਜ ਨੇ ਕਿਹਾ ਵੀ ਉਹੋ ਹੀ ਪਹਿਰਾਉਣਾ ਇਹਨਾਂ ਨੂੰ ਗਹਿਣੇ ਪਵਾਓ ਬਸਤਰ ਪਵਾਓ ਕਲਗੀ ਸਜਾਓ ਹਾਂਜੀ ਕਾਰੈ ਗੋਲੇਲ ਐ ਚਹ ਕਰ ਬਲਕੋ ਤੇ ਉਧਰ ਬਾਲਾ ਪ੍ਰੀਤਮ ਜੀ ਗੁਲੇਲਾ ਚਲਾਉਂਦੇ ਆ ਜੀ ਗੁਲੇਲ ਹੱਥ 'ਚ ਫੜ ਕੇ ਬੜੇ ਬੱਲ ਨਾਲ ਖਿੱਚਦੇ ਆ ਜੀ ਹਾਂਜੀ ਹੀਰਤ ਹਤ ਨਿਸ਼ਾਨੇ ਥਲ ਕੋ ਨਿਸ਼ਾਨਾ ਵੇਖ ਵੇਖ ਕੇ ਤੇ ਤੱਕ ਤੱਕ ਕੇ ਗੁਲੇਲੇ ਮਾਰਦੇ ਮਹਾਰਾਜ ਹਾਂਜੀ ਬਹੁ ਸ਼ਾਹਨ ਕੇ ਬਾਲਕ ਆਵੈ ਬੜੇ ਬੱਚੇ ਨਾਲ ਜੁੜ ਗਏ ਜੀ ਬਹੁਤ ਵਾਧਾ ਹੋ ਗਿਆ ਮਹਾਰਾਜ ਦੀ ਟੀਮ ਵਿੱਚ ਹਾਂਜੀ ਮਿਲ ਕਰ 300 ਖੇਲ ਮਚਾਵੇ ਮਹਾਰਾਜ ਉਹਨਾਂ ਸਾਰੇ ਬੱਚਿਆਂ ਨੂੰ ਵੀ ਗੁਲੇਲੇ ਚਲਾਉਣ ਦੀਆਂ ਜਾਚਾਂ ਦੱਸਦੇ ਐ ਤਰਕੀਬਾਂ ਦੱਸਦੇ ਐ ਹਾਂਜੀ ਆਦ ਦੇ ਇੱਕ ਅੱਧੇ ਠਾਡੇ ਕਰੇ ਆਖੋ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਤੇ ਜਿਸ ਕੰਮ ਲਈ ਬਾਜਾਂ ਵਾਲੇ ਆਏ ਨੇ ਧਰਤੀ ਤੇ ਹਾਂਜੀ ਅੱਧੇ ਬਾਲਕ ਇੱਕ ਪਾਸੇ ਖੜੇ ਕਰ ਦੇਣੇ ਜੀ ਜਿੰਨੇ ਬਾਲਕ ਸਾਨਾ ਜੀ ਉਹਨਾਂ ਦੀ ਗਿਣਤੀ ਕਰਕੇ ਅੱਧੇ ਬਾਲਕ ਇੱਕ ਪਾਸੇ ਖੜੇ ਕਰਨੇ ਜੀ ਹਾਂਜੀ ਆਦੇ ਲੈ ਆਪਣੇ ਸੰਗ ਥਿਰੈ ਤੇ ਅੱਧੇ ਆਪਣੇ ਨਾਲ ਲੈ ਲੈਣੇ ਜੀ ਦੋ ਟੋਲੀਆਂ ਬਣਾ ਲੈਣੀਆਂ ਮਹਾਰਾਜ ਨੇ ਜੀ ਵੇਖੋ ਇਹ ਸ਼ੁਰੂ ਤੋਂ ਹੀ ਹੈ ਹਾਂਜੀ ਹੇਲਾ ਕਰਨ ਮਨਿੰਦ ਮਿਲੰਤੇ ਤੇ ਫਿਰ ਪਤਾ ਕੀ ਕਰਨਾ ਜੀ ਦੋਵਾਂ ਟੋਲੀਆਂ ਨੂੰ ਕਹਿਣਾ ਵੀ ਇੱਕ ਦੂਜੇ ਉੱਤੇ ਹਮਲਾ ਕਰੋ ਆ ਜਿਹੜਾ ਹੋਲਾ ਮਹੱਲਾ ਇਹ ਬਾਜਾਂ ਵਾਲੇ ਸਤਿਗੁਰੂ ਨੇ ਆਰੰਭ ਕੀਤਾ ਤੇ ਹੋਲੇ ਮਹੱਲੇ ਦਾ ਮਤਲਬ ਹੀ ਇਹ ਸੀਗਾ ਜੀ ਸ਼ਸਤਰ ਵਿਦਿਆ ਦੇ ਅਭਿਆਸ ਕਰਨੇ ਜੋਰ ਵਿਖਾਉਣੇ ਆ ਜਿਵੇਂ ਹੁਣ ਮੰਦਿਰ ਜਾਂਦੀ ਆ ਹੋਲੇ ਮਹੱਲੇ ਤੇ ਇਹ ਥੋੜੀ ਹੋਲਾ ਮਹੱਲਾ ਹੈਗਾ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਆਪ ਅੱਧੇ ਪਾਸੇ ਕਰਕੇ ਇੱਕ ਪਾਸੇ ਕਰਕੇ ਅੱਧੇ ਇੱਕ ਪਾਸੇ ਕਰਕੇ ਵਿੱਚ ਹਮਲਾ ਕਰਾਉਂਦੇ ਆ ਜੀ ਹਾਂਜੀ ਮਾਰ ਮਾਰ ਕਰ ਮਨੋਂ ਲਰੰਤੇ ਹਾਂ ਉਹਨਾਂ ਨੂੰ ਸਮਝਾਇਆ ਵੀ ਕਿਵੇਂ ਇੱਕ ਦੂਜੇ ਨੂੰ ਮਾਰਨਾ ਜੰਗ ਕਰਨੀ ਹੈ ਹਮਲਾ ਕਰਨਾ ਹੈ ਹਾਂਜੀ ਇੱਕ ਗਾਡੇ ਹੋਏ ਠਾਡੇ ਰਹੇ ਹਾਂਜੀ ਬਾੜੇ ਔਰ ਉਤਸ਼ਾਹ ਜੋ ਚਹੈ ਤੇ ਇੱਕ ਦੂਜੇ ਵਿੱਚ ਉਤਸ਼ਾਹ ਵੀ ਵੱਧਦਾ ਸੀਗਾ ਜੀ ਹੁਣ ਕੋਈ ਬੰਦਾ ਇਹ ਗੱਲ ਸੁਣ ਕੇ ਇਹ ਕੰਮ ਨਾ ਕਰਨ ਲੱਗ ਪਵੇ ਵੀ ਦੋ ਟੀਮਾਂ ਬਣਾ ਕੇ ਸੱਚੀ ਮੁੱਚੀ ਦਾ ਹੀ ਜੰਗ ਕਰਾਉਣ ਲੱਗ ਪਵੇ ਇਹ ਗੁਰੂ ਦੀ ਕਿਰਪਾ ਸੀ ਵੀ ਉਹਨਾਂ ਬੱਚਿਆਂ ਦੇ ਸ਼ਰੀਰ ਰਾਜੀ ਰਹਿੰਦਾ ਸੀਗਾ ਜੀ ਨਹੀਂ ਤੇ ਬੱਚੇ ਇੱਕ ਦੂਜੇ ਨੂੰ ਜਦੋਂ ਮਾਰਦੇ ਆ ਅੱਖ ਵੀ ਕੱਢ ਸਕਦੇ ਬਾਹਰ ਦੀ ਉਹਨਾਂ ਬੱਚਿਆਂ ਦਾ ਨੁਕਸਾਨ ਵੀ ਹੋ ਸਕਦਾ ਜੀ ਉਹ ਮਹਾਰਾਜ ਜਦੋਂ ਉਹਨਾਂ ਦੋਵਾਂ ਬੱਚਿਆਂ ਵਾਹਿਗੁਰੂ ਦੋ ਟੋਲੀਆਂ ਨੂੰ ਲੜਾਉਂਦੇ ਹੁੰਦੇ ਸੀ ਨਾ ਜੀ ਉਹਨਾਂ ਬੱਚਿਆਂ ਦਾ ਨੁਕਸਾਨ ਨਹੀਂ ਸੀ ਹੁੰਦਾ ਜੀ ਜਿਹੜੀ ਵੱਡੀ ਗੱਲ ਹੈ ਜੀ ਉਹਨਾਂ ਅੰਦਰ ਚਾਅ ਵੱਧਦਾ ਸੀ ਜੰਗ ਦਾ ਨੁਕਸਾਨ ਨਹੀਂ ਸੀ ਹੁੰਦਾ ਜੀ ਹਾਂਜੀ ਕਾਰਸਨੇਹ ਗੁਰ ਅੰਦੇ ਕਟ ਬੁਲਾਵੈ ਸੱਚੇ ਪਾਤਸ਼ਾਹ ਬੜੇ ਪਿਆਰ ਨਾਲ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਬਾਲਾ ਪ੍ਰੀਤਮ ਜੀ ਨੂੰ ਆਪਣੇ ਕੋਲ ਸੱਦਦੇ ਵੀ ਹੁਣ ਬੜਾ ਖੇਡ ਲਿਆ ਹੁਣ ਸਾਡੇ ਕੋਲ ਵੀ ਆਓ ਕਬਹੂ ਕਹਾ ਕਰਨ ਰਣ ਪਾਵੇ ਮਹਾਰਾਜ ਫਿਰ ਕਤੀ ਕਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੱਸਦਿਆਂ ਕਹਿ ਦਿੰਦੇ ਕਹਿੰਦੇ ਵੀ ਤੁਸੀਂ ਤੇ ਹੁਣੇ ਹੀ ਜੰਗ ਸ਼ੁਰੂ ਕਰ ਦਿੱਤੀ ਹੈ ਹੁਣੇ ਸ਼ੁਰੂ ਕਰ ਦਿੱਤੀ ਤੇ ਜੰਗ ਹੁਣੇ ਕਹਿੰਦੇ ਥੋੜੀ ਸ਼ੁਰੂ ਕਰਨੀ ਹੈ ਹਾਂਜੀ ਥਿਰ ਹੋਏ ਬੈਠੋ ਹਮਰੇ ਪਾਸ ਹੁਣ ਤਾਂ ਟਿਕ ਕੇ ਸਾਡੇ ਕੋਲ ਵੀ ਬੈਠੋ ਕੁਝ ਸਮਾਂ ਹਾਂਜੀ ਸੁਣੋ ਕਰਤ ਹੈ ਸਿੱਖ ਅਰਦਾਸ ਆ ਸੁਣੋ ਸਿੱਖ ਅਰਦਾਸਾਂ ਕਰ ਰਏ ਐ ਇਹਨਾਂ ਦੀਆਂ ਅਰਦਾਸਾਂ ਬੇਨਤੀਆਂ ਸੁਣਿਆ ਕਰੋ ਇਤਿਆਦਕ ਕਹਿ ਬਾਕ ਦਿਲਾਸੇ ਕਿ ਤਕ ਸਮੇ ਰੱਖੇ ਨਿਜ ਪਾਸੇ ਹੁਣ ਮਹਾਰਾਜ ਪਿਤਾ ਜੀ ਦਾ ਤੇ ਬਚਨ ਮੋੜ ਹੀ ਨਹੀਂ ਸਕਦੇ ਤੇ ਫਿਰ ਬਾਲਾਂ ਦੀ ਖੇਲ ਛੱਡ ਕੇ ਤੇ ਪਿਤਾ ਜੀ ਦੇ ਨਾਲ ਆਸਣ ਦੇ ਉੱਤੇ ਬੈਠਣਾ ਨੇ ਤੇ ਫਿਰ ਆਈਆਂ ਹੋਈਆਂ ਸੰਗਤਾਂ ਦੇ ਦਰਸ਼ਨ ਕਰਨੇ ਉਹਨਾਂ ਨੂੰ ਸਾਥ ਸੰਗਤ ਦੀ ਉਹਨਾਂ ਦੀਆਂ ਅਰਦਾਸਾਂ ਸੁਣਵੀਆਂ ਹਾਂਜੀ ਬਾਹਰ ਜਾਏ ਬਾਲਕ ਮਹਿ ਖੇលਹਿ ਉਹ ਜਿੰਨਾ ਚਿਰ ਤੇ ਦੀਵਾਨ ਸੀ ਉਹਨਾਂ ਚਿਰ ਤੱਕ ਹੀ ਮਾਰਜ ਰਹਿੰਦੇ ਮੁੜ ਦੀਵਾਨ ਸੰਪੂਰਨ ਹੁੰਦਾ ਨਾ ਭੱਜ ਕੇ ਨਿਆਣਿਆਂ ਵਿੱਚ ਫਿਰ ਚਲੇ ਜਾਂਦੇ ਜੀ ਮੁੜ ਨਿਆਣਿਆਂ ਵਿੱਚ ਜਾ ਕੇ ਖੇਡਦੇ ਜੀ ਹਾਂਜੀ ਰੇਲ ਤਕੈਲ ਹੈ ਕਿਸਹੁ ਚੇਲੇ ਹੈ ਬਸ ਉਹਨਾਂ ਨੂੰ ਦੱਸਿਆ ਜੀ ਉਹ ਇੱਕ ਦੂਜੇ ਨੂੰ ਹਮਲਾ ਕਰਦੇ ਰਹਿੰਦੇ ਆ ਨਿਆਣੇ ਜੰਗ ਕਰਦੇ ਆ ਹਾਂਜੀ ਬਾਜ ਹੈ ਬੇਪੋਖਨ ਦੌਰਤ ਜਾਤੇ ਕਹਿੰਦੇ ਬਾਜਾਂ ਵਾਲੇ ਜਦੋਂ ਦੌੜ ਕੇ ਜਾਂਦੇ ਆ ਨਾ ਤੇ ਬਾਲਾ ਪ੍ਰੀਤਮ ਜੀ ਤੇ ਗਹਿਣਿਆਂ ਦਾ ਖੜਕਾ ਹੁੰਦਾ ਹਾਂਜੀ ਰਹਿ ਖੇਲ ਬਾਲਕ ਮਹਿ ਰਾਤੇ ਤੇ ਬਹੁਤਾ ਸਮਾਂ ਉਹਨਾਂ ਬਾਲਕਾਂ ਵਿੱਚ ਖੇਡਦੇ ਹੀ ਰਹਿੰਦੇ ਖੇਡਦੇ ਹੀ ਰਹਿੰਦੇ ਮਹਾਰਾਜ ਸਤਗੁਰ ਬੈਠੇ ਲਾਏ دیਵਾਨ ਸੁਧ ਪਸਰੀ ਟਿਗ ਦੂਰ ਕੇ ਥਾਨ ਹੁਣ ਸਭ ਨੂੰ ਪਤਾ ਲੱਗ ਗਿਆ ਵੀ ਗੁਰੂ ਤੇਗ ਬਹਾਦਰ ਜੀ ਪਟਨਾ ਸਾਹਿਬ ਪਹੁੰਚ ਗਏ ਨੇ ਪਹਿਲਾਂ ਤੇ ਪਟਨੇ ਵਿੱਚ ਹੀ ਸੀ ਖਬਰ ਹੁਣ ਸੁਧ ਪਸਰੀ ਟਿਗ ਦੂਰ ਕੇ ਥਾਨ ਲੱਗੇ ਕੀ ਦੂਰ ਕੀ ਸਭ ਥਾਵਾਂ ਉੱਤੇ ਇਹ ਖਬਰਾਂ ਪਹੁੰਚ ਗਈਆਂ ਬੇ ਗੁਰੂ ਤੇਗ ਬਹਾਦਰ ਸਾਹਿਬ ਹੁਣ ਭਾਈ ਪਟਨਾ ਸਭ ਪਹੁੰਚ ਚੁੱਕੇ ਨੇ ਹਾਂਜੀ ਪੂਰਬ ਤੇ ਪਟਣੇ ਮਹ ਆਏ ਮਹਾਰਾਜ ਪੂਰਬ ਦੇ ਇਲਾਕੇ ਵਿੱਚੋਂ ਪਟਨਾ ਸਾਹਿਬ ਜੀ ਦੀ ਧਰਤੀ ਉੱਤੇ ਆਏ ਹਨ ਹਾਂਜੀ ਸੋਣਾ ਸਿੱਖ ਦੂਰ ਦੂਰ ਤੇ ਆਏ ਤੇ ਬਸ ਫਿਰ ਗੁਰੂ ਕੇ ਪਿਆਰੇ ਸਿੱਖ ਦੂਰੋਂ ਦੂਰੋਂ ਆਏ ਜੀ ਆਖੋ ਵਾਹਿਗੁਰੂ ਵਾਹਿਗੁਰੂ ਬੜੀ ਬੜੀ ਦੂਰੋਂ ਦੂਰੋਂ ਆਏ ਬਿਦੇ ਗੁਰੂ ਸਾਹਿਬ ਜੀ ਆ ਗਏ ਆ ਤੇ ਮਹਾਰਾਜ ਦੇ ਦਰਸ਼ਨ ਕਰਕੇ ਚਲੇ ਗਏ ਕਰਕੇ ਆਈਏ ਚੇਤਾ ਰੱਖਿਓ ਜਿੰਨੀ ਕੋਈ ਦੂਰੋਂ ਆਵੇ ਉਹਨਾਂ ਨੂੰ ਫਲ ਵੀ ਜ਼ਿਆਦਾ ਝੇ ਤੇ ਦੂਰੋਂ ਆਉਣ ਦਾ ਤਰੀਕਾ ਜਿਹੋ ਜਿਹਾ ਹੋਵੇ ਫਲ ਵੀ ਉਹੋ ਜਿਹਾ ਜੀ ਹਾਂਜੀ ਜਿੰਨੀ ਕੋਈ ਦੂਰੋਂ ਆਉਂਦਾ ਤੇ ਜੇ ਨਾਲ ਬਾਣੀ ਪੜਦੇ ਆਵੇ ਨਾਮ ਜਪਦੇ ਜਾਵੇ ਤੇ ਸਾਧ ਸੰਗਤ ਜੀ ਉਹਨਾਂ ਫਲ ਜ਼ਿਆਦਾ ਹੈ ਜੀ ਉਨਾ ਹੀ ਫਲ ਜਿਆਦਾ ਉਨੀ ਰੱਬ ਦੀ ਮਿਹਰ ਵਰਤਦੀ ਹੈ ਹਾਂਜੀ ਬਾਣੀ 'ਚ ਵੀ ਮਹਾਰਾਜ ਲਿਖਦੇ ਜੀ ਹਉ ਆਇਆ ਦੂਰੋਂ ਚੱਲ ਕੇ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾ ਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਬੜੀ ਬੜੀ ਦੂਰੋਂ ਸਿੱਖ ਪਟਨਾ ਸਾਹਿਬ ਵਿੱਚ ਪਹੁੰਚਣ ਲੱਗ ਪਏ ਹਾਂ ਜੀ ਦਰਸ਼ਨ ਕਰਹਿ ਕਾਮਨਾ ਪਾਵੈ ਮਹਾਰਾਜ ਦੇ ਦਰਸ਼ਨ ਕਰਦੇ ਆ ਤੇ ਵੇਖੋ ਮੰਗਾ ਤੇ ਹੁੰਦੀਆਂ ਹੀ ਆ ਜੀ ਕੋਈ ਵੀ ਬੰਦਾ ਮੰਗ ਤੋਂ ਰਹਿਤ ਨਹੀਂ ਆਉਂਦਾ ਜੀ ਹਾਂ ਜੀ ਸਫਲ ਜਾਨ ਪੇਟਨ ਅਰ ਪਾਵੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਆ ਪੇਟਾਵਾਂ ਰੱਖਦੇ ਆ ਚਰਣਾ ਵਿੱਚ ਹਾਂਜੀ ਸੰਗਤ ਨਈ ਨਿਤਾ ਪ੍ਰਤ ਆਏ ਗੁਰੂ ਸਾਹਿਬ ਜੀ ਦਾ ਇੰਨਾ ਵੱਡਾ ਪ੍ਰਤਾਪ ਇੰਨਾ ਵੱਡਾ ਪ੍ਰਤਾਪ ਵੀ ਨਿਤ ਨਵੀਂ ਸੰਗਤ ਪਟਨਾ ਸਾਹਿਬ ਪਹੁੰਚਣ ਲੱਗ ਪਈ ਨਵੀਂ ਸੰਗਤ ਪਹੁੰਚਣ ਲੱਗ ਪਈ ਹੁਣ ਤਾਂ ਪਟਨਾ ਸਾਹਿਬ ਰੱਬ ਦੀ ਬੜੀ ਮਿਹਰ ਬਹੁਤ ਸਾਰੀਆਂ ਸੰਗਤਾਂ ਪਹੁੰਚਦੀਆਂ ਉੱਥੇ ਹਾਂਜੀ ਅੰਦਰਸਾ ਹੈ ਗੁਰ ਕੇ ਚਰਨ ਮਨਾਏ ਸੰਗਤਾਂ ਆਉਂਦੀਆਂ ਨੇ ਦੂਰੋਂ ਦੂਰੋਂ ਆਉਣਾ ਵੇਖੋ ਉਹਨਾਂ ਸਮਿਆਂ ਵਿੱਚ ਕਿਹੜੇ ਸਾਧਨ ਹੁੰਦੇ ਹਗੇ ਹੁਣ ਟ੍ਰੇਨ ਤੇ ਆਪਾਂ ਕਿਤੇ ਜਾਂਦੇ ਆ ਬੜੀ ਖੇਚਲ ਜੀ ਮਹਿਸੂਸ ਹੁੰਦੀ ਵੀ ਬੜਾ ਥੱਕ ਗਏ ਆ ਬੜਾ ਹੋ ਕੇ ਆਏ ਆ ਹਾਂਜੀ ਉਹਨਾਂ ਸਮਿਆਂ ਵਿੱਚ ਤਾਂ ਸਾਧਨ ਹੀ ਕੋਈ ਨਹੀਂ ਸੀ ਹੈਗੇ ਜੀ ਹਾਥੀ ਘੋੜੇ ਪਾਲਕੀਆਂ ਹੁੰਦੀਆਂ ਸੀਗੀਆਂ ਤੇ ਘੋੜਾ ਵੀ ਅਮੀਰ ਬੰਦੇ ਕੋਲਣਾ ਸੀਗਾ ਜੀ ਹਾਥੀ ਉਹਦੇ ਤੋਂ ਅਮੀਰ ਬੰਦੇ ਕੋਲ ਪਾਲਕੀ ਰਾਜੇ ਮਹਾਰਾਜੇ ਸ਼ਾਹਕਾਰ ਹੀ ਰੱਖਦੇ ਹੁੰਦੇ ਸੀਗੇ ਤੇ ਬਹੁਤ ਸਾਰੇ ਲੋਕ ਵਿਚਾਰੇ ਤੁਰ ਕੇ ਹੀ ਆਉਂਦੇ ਸੀਗੇ ਜੀ ਇੱਧਰ ਉੱਧਰ ਜਾਣਾ ਤੇ ਤੁਰ ਕੇ ਹੀ ਜਾਣਾ ਜੀ ਸੰਗਤਾ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਦਰਸ਼ਨ ਕਰਨੇ ਸੁੱਖ ਮਿਲਦਾ ਜੀ ਹਾਂਜੀ ਅਨਕ ਮਸੰਦ ਦਰਬਲ ਕਨੇ ਸਿਖਨ ਤੇ ਸੱਚੇ ਹਿਤ ਸੰਨੇ ਉਹ ਮਸੰਦ ਜਿਹੜੇ ਆ ਉਹ ਵੀ ਮਾਇਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚਾਉਂਦੇ ਆ ਵੀ ਮਹਾਰਾਜ ਗੁਰਸਿੱਖਾਂ ਨੇ ਮਾਇਆ ਭੇਜੀ ਆਪ ਜੀ ਦੀ ਸੋ ਆਵਹਿ ਗੁਰ ਕੋ ਅਰਪੰਤੇ ਰਹੈ ਨਿਕਟ ਕੋ ਦਿਨ ਦਰਸਨਤੇ ਤੇ ਸੰਗਤਾਂ ਫਿਰ ਉਰੋਂ ਆਉਂਦੀਆਂ ਤੇ ਉਸੇ ਵळे ਨਹੀਂ ਚਲੇ ਜਾਂਦੀਆਂ ਮਸੰਦ ਵੀ ਆਉਂਦੇ ਫਿਰ ਕੁਝ ਦਿਨ ਪਟਨਾ ਸਾਹਿਬ ਰਹਿੰਦੇ ਜੀ ਹਾਂ ਜੀ ਇੱਕ ਅਤਾ ਦਿਨ ਤੇ ਥਕਾਵਟ ਦੂਰ ਕਰਦੀ ਨਹੀਂ ਲੱਗ ਜਾਂਦਾ ਜੀ ਦੂਰੋਂ ਦੂਰੋਂ ਆਉਣਾ ਤੁਰ ਕੇ ਆਉਣਾ ਘੋੜੇ ਤੇ ਵੀ ਜਿਹੜਾ ਜਾਣਾ ਨਾ ਜੀ ਬੜੀ ਖੇਚਲ ਵਾਲਾ ਕੰਮ ਐ ਸਰੀਰ ਕੁੱਦਦਾ ਹੀ ਰਹਿੰਦਾ ਜੀ ਕੋੜੇ ਉੱਤੇ ਰਹਿਣਾ ਵੀ ਖੇਚਲ ਦਾ ਕੰਮ ਹੈ। ਸੋ ਸੰਗਤਾਂ ਨੇ ਕਈ ਦਿਨ ਫਿਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਹਿਣਾ ਜੀ। ਹਾਂਜੀ। ਪਵਨ ਸਿਰ ਪਾਉ ਲੈਤ ਹੈ ਗੁਰ ਤੇ। ਫਿਰ ਮਹਾਰਾਜ ਨੇ ਸਰੋਪੇ ਦੇ ਕੇ ਤੋਰਨਾ ਜੀ ਉਹਨਾਂ ਨੂੰ। ਹਾਂਜੀ। ਵਿਦਾ ਹੋਏ ਇੰਦਕ ਸੈ ਤਿਸ ਪੁਰ ਤੇ। ਤੇ ਫਿਰ ਸੰਗਤਾਂ ਨੇ ਪਟਨਾ ਸਾਹਿਬ ਤੋਂ ਵਿਦਾ ਹੋ ਕੇ ਆਪਣੇ ਆਪਣੇ ਪਾਸੇ ਤੁਰ ਪੈਣਾ ਜੀ। ਹਾਂਜੀ ਆਪੋ ਆਪਣੇ ਥਾਨ ਪਯੰਨ ਹੈ ਗੁਰ ਧਨ ਕੋ ਉਗਰਾਹਨ ਠਾਨ ਮਸੰਦ ਸੰਗਤਾਂ ਵਿੱਚ ਪ੍ਰਚਾਰ ਕਰਦੇ ਆ ਮਾਇਆ ਇਕੱਠੀ ਕਰਕੇ ਗੁਰ ਘਰ ਵਿੱਚ ਪਚਾਉਂਦੇ ਆ ਹਾਂਜੀ ਖਸ਼ਟ ਮਾਸਕੈ ਸੰਮਤ ਮਾਹੀ ਲੈਕਰ ਦਰਬ ਆਏ ਪੁਨ ਪਾਹੀ ਆਖੋ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਕਈ ਤੇ ਫਿਰ 6 ਮਹੀਨਿਆਂ ਵੇ ਬਾਅਦ ਹੀ ਗੇੜਾ ਲਾਉਂਦੇ ਹੁੰਦੇ ਸੀਗੇ ਤੇ ਕਈ ਪਿਆਰ ਵਾਲੇ ਫਿਰ ਸਾਧ ਸੰਗਤ ਜੀ ਜਿਹੜੇ ਬਹੁਤੇ ਦੂਰ ਹੁੰਦੇ ਸੀਗੇ ਉਹ ਫਿਰ ਸਾਲ ਬਾਅਦ ਵੀ ਆਉਂਦੇ ਸੀਗੇ ਜੀ ਨਿਜਮ ਰੱਖਿਆ ਹੁਣ ਵੀ ਸੰਗਤਾਂ ਨੇ ਨਿਜਮ ਰੱਖਿਆ ਬਾਹਰਲੇ ਦੇਸ਼ਾਂ ਵਿੱਚੋਂ ਕੋਈ ਅਮਰੀਕਾ ਚੋਂ ਕੋਈ ਇੰਗਲੈਂਡ ਚੋਂ ਕੋਈ ਕੈਨੇਡਾ ਤੋਂ ਉਹ ਬਾਹਰਲੇ ਦੇਸ਼ਾਂ ਵਿੱਚੋਂ ਉਹਨਾਂ ਦਾ ਨੇਮ ਹੈਗਾ ਜੀ ਸਾਲ ਬਾਅਦ ਹਰਮੰਦਰ ਸਾਹਿਬ ਹਾਜ਼ਰੀ ਭਰਨੀ ਭਰਨੀ ਜੀ ਗੁਰੂ ਜੀ ਦੇ ਚਰਨਾਂ ਚਾਉਣਾ ਇੱਥੇ ਰਹਿਣਾ ਰਹਿ ਕੇ ਸੇਵਾ ਕਰਨੀ ਜੀ ਤੇ ਆਪਣੀਆਂ ਸੰਗਤਾਂ ਦਾ ਵੀ ਨਿਯਮ ਹੈਗਾ ਜੀ ਵੀ ਸਾਲ ਬਾਅਦ ਇੱਕ ਵਾਰੀ ਕਿਸ ਨੇ ਹਜੂਰ ਸਾਹਿਬ ਜਾਣਾ ਜੀ ਕਿਸੇ ਨੇ ਪਟਨਾ ਸਾਹਿਬ ਜਾਣਾ ਜੀ ਮਹਾਰਾਜੀ ਦੇ ਚਰਨਾਂ ਵਿੱਚ ਜਾ ਕੇ ਦਰਸ਼ਨ ਕਰਨੇ ਆ ਉੱਥੇ ਰਹਿਣਾ ਆ ਉੱਥੇ ਸੇਵਾ ਕਰਨੀ ਆ ਉੱਥੋਂ ਖੁਸ਼ੀਆਂ ਲੈ ਕੇ ਵਾਪਸ ਆਉਣਾ ਜੀ ਇਸੇ ਤਰ੍ਹਾਂ ਸੰਗਤਾਂ ਦਾ ਇਹ ਪੁਰਾਣਾ ਹੀ ਨਿਯਮ ਹੈ ਸਾਧ ਸੰਗਤ ਜੀ ਹਾਂਜੀ ਇਸ ਪ੍ਰਕਾਰ ਸ਼੍ਰੀ ਤੇਗ ਬਹਾਦਰ ਬਸਤ ਭਏ ਪਟਣੇ ਪ੍ਰਸਾਦਰ ਇਸ ਤਰੀਕੇ ਨਾਲ ਧੰਨ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਵਿੱਚ ਵਸੇ ਆ ਜੀ ਹਾਂ ਸਿੱਖੀ ਕੋ ਵਿਸਤਾਰਤ ਮਹਾਂ ਮਹਾਰਾਜ ਨੇ ਬੜੀ ਸਿੱਖੀ ਦੀ ਬਖਸ਼ਿਸ਼ ਕੀਤੀ ਬੜਿਆਂ ਨੂੰ ਨਾਮ ਦੀਆਂ ਦਾਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ ਸਤ ਨਾਮ ਸਿਮਰਤ ਜਹ ਕਹਾ ਤੇ ਜਿੱਥੇ ਕੋਈ ਨਹੀਂ ਰਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਉਹਦੇ ਤੇ ਮਿਹਰ ਕਰਦੇ ਤੋਂ ਉਸ ਬੰਦੇ ਨੂੰ ਨਾਮ ਜਪਣ ਵਿੱਚ ਲਾ ਦਿੰਦੇ ਗੱਜ ਕੇ ਆਖੋ ਵਾਹਿਗੁਰੂ ਫੇਰ ਕਹੋ ਵਾਹਿਗੁਰੂ ਮਹਾਰਾਜ ਜੀ ਨਾਮ ਜਪਣ ਵਿੱਚ ਲਾ ਦਿੰਦੇ ਨੇ ਮੁੱਖ ਬਖਸ਼ਿਸ਼ ਗੁਰੂ ਘਰ ਦੀ ਇਹ ਹੈ ਹਾਂਜੀ ਮਾਤ ਨਾਨਕੀ ਦੇਖ ਅਨੰਦਤ ਮਾਤਾ ਨਾਨਕੀ ਜੀ ਇਸ ਸਮੇਂ ਨੂੰ ਤਰਸਦੇ ਹੁੰਦੇ ਸੀ ਪੁੱਤ ਵੀ ਸਾਹਮਣੇ ਆ ਤੇ ਪੋਤਰਾ ਵੀ ਸਾਹਮਣੇ ਹੈ ਜੀ ਮਾਤਾ ਜੀ ਵੇਖ-ਵੇਖ ਕੇ ਬੜਾ ਆਨੰਦ ਹੁੰਦਾ ਮਾਤਾ ਨਾਨਕੀ ਜੀ ਨੂੰ ਸੁੱਤ-ਸੁੱਤ ਕੇ ਜੋਤਿ ਲਖ ਪ੍ਰਭ ਬੰਦਤ ਪੋਤ ਤੇ ਪੋਤਰੇ ਨੂੰ ਵੇਖ ਕੇ ਮਾਤਾ ਜੀ ਪਤਾ ਕੀ ਕਰਦੇ ਆਮ ਬੰਦੇ ਨੂੰ ਸੁੱਖ ਹੁੰਦਾ ਤਾਂ ਉਹ ਹੰਕਾਰ ਚ ਹੋ ਜਾਂਦਾ ਜੀ ਸੁੱਤ-ਸੁੱਤ ਕੇ ਯੁਤ ਲਖ ਪ੍ਰਭ ਬੰਦਤ ਆਖੋ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਪੁੱਤ ਨੂੰ ਵੀ ਵੇਖਣਾ ਤੇ ਪੋਤਰੇ ਨੂੰ ਵੀ ਵੇਖਣਾ ਤੇ ਰੱਬ ਦਾ ਸ਼ੁਕਰ ਕਰਨਾ ਜੀ। ਵੀ ਰੱਬਾ ਤੇਰਾ ਸ਼ੁਕਰ ਹੈ ਤੂੰ ਇਹ ਦਾਤ ਦਿੱਤੀ ਹੈ ਸਾਨੂੰ। ਪਰਮੇਸ਼ਰ ਦਾ ਸ਼ੁਕਰ ਕਰਨਾ ਜੀ। ਹਾਂਜੀ ਵੱਡੇ ਗੁਰਨ ਕੇ ਸਾਚੇ ਬੈਨ ਤੇ ਮਾਤਾ ਜੀ ਨੇ ਵਿਚਾਰ ਕਰਨੇ ਵੀ ਵੱਡੇ ਸਤਿਗੁਰਾਂ ਦੇ ਬਚਨ ਸੱਚੇ ਹੋਏ ਆ। ਮਹਾਰਾਜ ਗੁਰੂ ਆਰ ਗੋਬਿੰਦ ਸਾਹਿਬ ਨੇ ਕਿਹਾ ਸੀ ਨਾਨਕੀ ਤੁਹਾਡੇ ਘਰ ਵਿੱਚ ਬੜਾ ਵੱਡਾ ਜੋਦਾ ਪੋਤਰਾ ਪੈਦਾ ਹੋਣਾ ਉਹ ਹੁਣ ਬਚਨ ਸੱਚੇ ਹੋਏ ਜੀ ਵੇਖੋ ਸਮਾਂ ਲੱਗਦਾ ਜੀ ਬੰਦਾ ਕਾਲਾ ਪੈ ਜਾਂਦਾ ਕੋਈ ਬਚਨ ਸੱਚਾ ਹੋਣ ਨੂੰ ਵੀ ਸਮਾਂ ਲੱਗਦਾ ਜੀ ਹਾਂਜੀ ਭਾਏ ਬਿਦਤ ਅਬ ਦਿਖੀਅਤ ਨੈ ਮਾਤਾ ਜੀ ਵਿਚਾਰ ਕਰਦੇ ਵੀ ਗੁਰੂ ਜੀ ਦੇ ਬਚਨ ਸੱਚੇ ਹੋ ਗਏ ਮੈਂ ਆਪਣੀਆਂ ਅੱਖਾਂ ਤੋਂ ਵੇਖ ਰਹੀ ਆਂ ਹਾਂ ਜੀ ਅਨਕ ਭੇਦਨ ਭੋਜਨ ਬਨਵਾਵਹਿ ਹੁਣ ਮਾਤਾ ਜੀ ਬੜੇ ਖੁਸ਼ੀ ਨਾਲ ਬੜੇ ਚਾਹ ਨਾਲ ਭੋਜਨ ਬਣਵਾਉਂਦੇ ਕਈ ਤਰ੍ਹਾਂ ਦਾ ਜੀ ਵੀ ਮੇਰਾ ਪੁੱਤ ਸ਼ਕੇ ਮੇਰਾ ਪੋਤਰਾ ਸ਼ਕੇ ਬੈਠ ਸਮੀਪ ਜੁਗਨ ਤ੍ਰਿਪਤਾਵਹਿ ਲਾਗੇ ਬੈਠ ਕੇ ਦੋਵਾਂ ਨੂੰ ਹੀ ਰਜਾਉਂਦੇ ਮਾਤਾ ਜੀ ਹਾਂ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੋਮੀ ਤੇ ਬਾਲਾ ਪ੍ਰੀਤਮ ਜੀ ਨੋਮੀ ਹਾਂ ਜਦਕ ਪਦਾਰਥ ਨਿਤ ਪ੍ਰਤ ਆਵੈ ਤੇ ਗੁਰੂ ਤੇਗ ਬਹਾਦਰ ਜੀ ਦੀ ਮਿਹਰ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸਤਗੁਰੂ ਦਾ ਨਾਮ ਹੈ ਉੱਥੇ ਵੈਸੇ ਨਹੀਂ ਕਮੀ ਕਹੇ ਗਾਲ ਜੀ ਬੜੇ ਪਦਾਰਥ ਹੁੰਦੇ ਆ ਬੜੀ ਮਾਇਆ ਹੁੰਦੀ ਆ ਚਲ ਹੈ ਦੇਗ ਸਭ ਨਰ ਗਨ ਖਾਵੇ ਤੇ ਗੁਰੂ ਘਰ ਦਾ ਵੱਡਾ ਲੰਗਰ ਚੱਲਦਾ ਜੀ ਵੱਡਾ ਲੰਗਰ ਚੱਲਦਾ ਸਾਰੇ ਮਨੁੱਖਾ ਕੇ ਛੱਕਦੇ ਆ ਕੈਸਾ ਪੈਦਾ ਕਮੀ ਰਹੇ ਨਾ ਕੋਈ ਕਿਸੇ ਤਰ੍ਹਾਂ ਦੀ ਵੀ ਗੁਰੂ ਘਰ ਵਿੱਚ ਕੋਈ ਵੀ ਕਮੀ ਨਹੀਂ ਹੈਗੀ ਜੀ ਕਰਤਾ ਤੇਰਾ ਸਭ ਕਿਛ ਹੈ 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 ਕਿਸੇ ਬੇਦ ਕਮੀ ਰਹਿ ਨਾ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਹੈਗੀ ਹਾਂਜੀ ਜਹਿ ਬਿਸ ਰਾਮ ਗੁਰਨ ਕਹ ਹੋਈ ਭਾਈ ਸੰਤੋਖ ਸਿੰਘ ਜੀ ਕਹਿੰਦੇ ਪਿਆਰਿਓ ਜਿੱਥੇ ਗੁਰੂ ਜੀ ਦਾ ਵਾਸਾ ਹੋਵੇ ਦੱਸੋ ਉੱਥੇ ਕਿਵੇਂ ਕਮੀ ਰਹਿ ਸਕਦੀ ਹੈ ਆਖੋ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਇਹ ਗੱਲ ਪੱਕੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਔਰ ਮਰਿਆਦਾ ਸਾਸੰਗਤ ਜੀ ਉੱਥੇ ਕਦੀ ਕਮੀ ਨਹੀਂ ਰਹਿ ਸਕਦੀ ਜੀ ਬੜੇ ਖੁੱਲੇ ਪੰਡਾਰੇ ਉੱਥੇ ਵਰਤਦੇ ਆ ਬੜੀ ਰੱਬ ਦੀ ਮਿਹਰ ਵਰਤਦੀ ਆ ਉੱਥੇ ਦੋਵੇਂ ਗੱਲਾਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਹਣ ਜਿੱਥੇ ਔਰ ਜਿੱਥੇ ਮਰਿਆਦਾ ਵੀ ਹੈ ਜੀ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਬੈਠੇ ਉੱਥੇ ਕਿਵੇਂ ਕਮੀ ਰਹਿ ਸਕਦੀ ਭਾਈ ਸਾਹਿਬ ਕਹਿੰਦੇ ਹਾਂਜੀ ਇਸ ਪ੍ਰਕਾਰ ਬਸ ਕੇ ਤੱਕ ਮਾਸ ਇਸ ਤਰੀਕੇ ਨਾਲ ਕਈ ਮਹੀਨੇ ਸੱਚੇ ਪਾਤਸ਼ਾਹ ਜੀ ਪਟਨਾ ਸਾਹਿਬ ਰਹਿਏ ਜੀ ਹਾਂਜੀ ਸਿੱਖ ਸੰਗਤ ਕੀ ਪੂਰੀਆ ਮਹਾਰਾਜ ਸੰਗਤਾਂ ਦੀਆਂ ਆਸਾਂ ਪੂਰੀਆਂ ਕਰਦੇ ਰਹੇ ਹੁਣ ਵੇਖੋ ਗੁਰੂ ਜੀ ਦਾ ਇਤਿਹਾਸ ਹੈਗਾ ਬਹੁਤ ਵੱਡਾ ਜੀ ਕੋਈ ਕਮੀ ਨਹੀਂ ਹੈਗੀ ਪਰ ਹੁਣ ਭਾਈ ਸਾਹਿਬ ਨੇ ਸਿੱਧਾ ਹੀ ਦੱਸਦਾ ਵੀ ਕਈ ਮਹੀਨੇ ਲੰਘ ਗਏ ਕਈ ਮਹੀਨੇ ਜੀ ਕਈ ਮਹੀਨਿਆਂ ਚ ਕਈ ਆਏ ਹੋਣਗੇ ਜੀ ਜਿਨ੍ਹਾਂ ਉੱਤੇ ਸਤਿਗੁਰਾਂ ਨੇ ਮਿਹਰਾਂ ਕੀਤੀਆਂ ਹੋਣਗੀਆਂ ਜਿਨ੍ਹਾਂ ਉੱਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੋਏ ਕਿਤੇ ਹਾਂ ਕਿ ਤੱਕ ਫਕੀਰ ਤੀਰਥ ਨਮਜੇ ਹਾਂ ਗੁਰ ਕੇ ਸੰਗ ਫਿਰੇ ਅਗ ਭਜੇ ਉਹ ਫਿਰ ਕਈ ਤੇ ਫਕੀਰ ਮਹਾਰਾਜਾਂ ਨਾ ਤੀਰਥਾਂ ਤੋਂ ਰਲ ਗਏ ਸੀ ਨਾ ਜੀ ਨਾਲ ਵੀ ਮਹਾਰਾਜਾਂ ਹੀ ਵੀ ਤੁਹਾਡੇ ਨਾਲ ਜਾਣਾ ਤੀਰਥਾਂ ਤੇ ਉਹਨਾਂ ਨੇ ਆਪਣੇ ਪਾਪ ਦੂਰ ਕੀਤੇ ਜੀ ਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਬਹੁਰ ਪਿਆਨੇ ਜਿਤ ਚਿਤ ਚਿਤ ਚਾਹੀ ਹੁਣ ਉਹ ਫਕੀਰ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਵੀ ਮਹਾਰਾਜ ਸੱਚੇ ਪਾਸ਼ਾ ਹੁਣ ਸਾਨੂੰ ਆਗਿਆ ਦੇ ਦਿਓ ਹੁਣ ਆਪਾਂ ਆਪਣੇ ਆਪਣੇ ਇਲਾਕਿਆਂ ਵਿੱਚ ਜਾਣਾ ਹੈ ਕੇਤਕ ਰਹੇ ਬਹੁਰ ਗੁਰ ਪਾਹੀ ਕਈ ਤਾਂ ਆਗਿਆ ਮੰਗ ਕੇ ਚਲੇ ਗਏ ਤੇ ਕਈ ਸਾਧ ਸੰਗਤ ਜੀ ਫਿਰ ਗਏ ਨਹੀਂ ਉਹ ਮਹਾਰਾਜ ਦੇ ਚਰਨਾਂ ਵਿੱਚ ਹੀ ਰਹਿ ਪਏ ਵੇਖੋ ਇਹਨਾਂ ਦੀ ਕਿਸਮਤ ਜਾਗੀ ਬਿਮਾਰਜ ਤੇ ਯਾਤਰਾ ਕਰ ਰਹੇ ਸੀ ਇਹਨਾਂ ਨੂੰ ਪਤਾ ਲੱਗਾ ਫਕੀਰਾਂ ਨੂੰ ਵੀ ਕੋਈ ਰੱਬੀ ਪੁਰਸ਼ ਆਇਆ ਤੇ ਬੜੀ ਉਹਦੀ ਮਹਿਮਾ ਇਹ ਦਰਸ਼ਨ ਕਰਨ ਵਾਸਤੇ ਗਏ ਤੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਬੈਠੇ ਇਹਨਾਂ ਫਕੀਰਾਂ ਨੇ ਪੁੱਛਿਆ ਮਾਰਾ ਕਿੱਥੇ ਜਾਣਾ ਮਾਰਾ ਕਹਿੰਦੇ ਅਸੀਂ ਯਾਤਰਾ ਕਰ ਰਹੀ ਹੈ ਕਹਿੰਦੇ ਮਾਰਾ ਫਿਰ ਸਾਨੂੰ ਵੀ ਨਾਲ ਯਾਤਰਾ ਕਰਾਓ ਹਾਂਜੀ ਜਿਸ ਗੁਰੂ ਜੀ ਦੇ ਦਰਸ਼ਨ ਕੀਤੇਆਂ ਕੋਲ ਬੈਠਿਆਂ ਭਾਵੇਂ ਥੋੜਾ ਸਮਾਂ ਹੀ ਕੋਲ ਬੈਠੇ ਬੰਦਾ ਨਿਹਾਲ ਹੋ ਜਾਂਦਾ ਇਹਨਾਂ ਫਕੀਰਾਂ ਨੇ ਕਈ ਸਾਲ ਮਹਾਰਾਜ ਦੀ ਸੰਗਤ ਕੀਤੀ ਜੀ ਕਈ ਸਾਲ ਦੀ ਦਰਸ਼ਨ ਵੀ ਰਾਜ-ਰਾਜ ਕੇ ਕੀਤੇ ਤੇ ਸਤਿਗੁਰਾਂ ਦੀ ਸੰਗਤ ਵੀ ਰਾਜ ਕੇ ਕੀਤੀ ਜੀ ਉਹਨਾਂ ਨੇ ਮਹਾਰਾਜ ਕੋਲੋਂ ਫਿਰ ਆਗਿਆ ਮੰਗੀ ਕਈਆਂ ਨੇ ਆਗਿਆ ਲੈ ਲਈ ਕਈਆਂ ਨੇ ਕਿਹਾ ਤਾਂ ਵੀ ਹੁਣ ਰਹਿੰਦੇ ਜ਼ਿੰਦਗੀ ਗੁਰੂ ਜੀ ਦੇ ਚਰਨਾਂ ਵਿੱਚ ਹੀ ਗੁਜ਼ਾਰਨੀ ਹੈ ਹਾਂਜੀ ਤੇਮਕੇਤਕ ਸਿੱਖ ਸੰਗ ਰਹੇ ਹੈ ਇਸ ਤਰੀਕੇ ਨਾਲ ਕਈ ਸਿੱਖ ਪਟਨਾ ਸਾਹਿਬ ਮਹਾਰਾਜ ਦੇ ਨਾਲ ਹੀ ਰਹਿੰਦੇ ਆ ਘਰ ਬਾਹਰ ਵੀ ਛੱਡੇ ਨਹੀਂ ਉਹਨਾਂ ਨੇ ਹਾਂਜੀ ਕੇਤਕ ਕਰ ਕੋ ਮਿਲਣਾ ਚਾਹੇ ਹੈ ਕਈ ਘਰ ਜਾਣਾ ਚਾਹੁੰਦੇ ਆ ਜੀ ਮਹਾਰਾਜ ਸੱਚੇ ਪਾਤਸ਼ਾਹ ਕੋ ਆਗਿਆ ਲੈ ਕੇ ਹਾਂਜੀ ਆਗਿਆ ਲੈ ਪ੍ਰਭ ਕੀ ਸੋ ਗਏ ਗੁਰੂ ਸਾਹਿਬ ਕੋ ਆਗਿਆ ਲੈ ਕੇ ਉਹ ਸੰਤ ਫਕੀਰ ਜਿਹੜੇ ਆ ਉਹ ਫਿਰ ਆਪੋ ਆਪਣੀਆਂ ਥਾਵਾਂ ਤੇ ਚਲੇ ਗਏ ਜਨਮ ਉਦਾਰ ਆਪਨੋ ਕਏ ਵਾ ਵਾ ਆਖੋ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਕਹਿੰਦੇ ਗੁਰੂ ਸਾਹਿਬ ਨਾਲ ਤੀਰਥਾਂ ਦੇ ਉੱਤੇ ਗਏ ਜੀ ਮਾਰਦ ਦੇ ਦਰਸ਼ਨ ਕੀਤੇ ਗੁਰੂ ਜੀ ਦੀ ਸੰਗਤ ਕੀਤੀ ਉਹਨਾਂ ਦੇ ਜਨਮ ਦਾ ਉਧਾਰ ਹੋ ਗਿਆ ਜੀ ਵਾਹਿ ਸਤਗੁਰੂ ਜੀ ਬਾਣੀ ਵਿੱਚ ਕਿਰਪਾ ਕਰਦੇ ਸਫਲ ਜੀਵਨ ਸਫਲ ਤਾਂ ਕਾ ਸੰਗ ਜਾਂ ਕੇ ਮਨ ਲਾਗਾ ਹਰ ਰੰਗ ਆਖੋ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਜਿਨ੍ਹਾਂ ਬੰਦਿਆਂ ਦੇ ਕੋਲ ਬੈਠ ਕੇ ਤੁਹਾਡਾ ਨਾਮ ਜਪਣ ਨੂੰ ਜੀ ਕਰੇ ਨਾ ਜੀ ਸਮਝੋ ਰੱਬ ਦੀ ਮਿਹਰ ਹੈਗੀ ਉੱਥੇ ਜੀ ਸਫਲ ਜੀਵਨ ਸਫਲ ਤਾਂ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਰੱਬ ਦਾ ਰੰਗ ਨਹੀਂ ਨਾ ਲੱਗਦਾ ਜੀ ਹਰ ਰੰਗ ਨਹੀਂ ਲੱਗਦਾ ਪ੍ਰੇਮ ਰੀ ਲੱਗਦਾ ਜੀ ਹਾਂਜੀ ਕੀਤਕ ਨਏ ਆਨ ਸਿਖ ਰਹੇ ਸੋ ਉਹਨਾਂ ਨੇ ਤਾਂ ਆਪਣੇ ਜੀਵਨ ਦਾ ਉਧਾਰ ਕਰ ਲਿਆ ਕਈ ਫਿਰ ਨਵੇਂ ਪ੍ਰੇਮੀ ਗੁਰੂ ਜੀ ਦੇ ਚਰਨਾਂ ਵਿੱਚ ਆ ਗਏ ਜੀ ਗੁਰ ਕੋ ਸੰਗ ਮਹਾ ਫਲ ਲਹੇ ਮਹਾਰਾਜ ਜੀ ਦਾ ਸੰਗ ਕੀਤਾ ਉਹਨਾਂ ਨੇ ਬਹੁਤਾ ਵੱਡਾ ਫਲ ਉਹਨਾਂ ਨੂੰ ਵੀ ਮਿਲਿਆ ਜੀ ਮਤੀ ਦਾਸ ਮਤਵਾਨ دیਵਾਨ ਵਾਹ ਦੀਵਾ ਅਖੋ ਧੰਨ ਭਾਈ ਮਤੀ ਦਾਸ ਜੀ ਧੰਨ ਭਾਈ ਮਤੀ ਦਾਸ ਜੀ ਭਾਈ ਮਤੀ ਦਾਸ ਜੀ ਦਾ ਨਾਮ ਲੈਣਾ ਗੁਰੂ ਸਾਹਿਬ ਦੇ ਨਾਮ ਲੈਣ ਦੇ ਬਰਾਬਰ ਹੈਗਾ ਜੀ ਇਹ ਗੁਰੂ ਜੀ ਦੇ ਸ਼ਹੀਦ ਸਿੱਖ ਨੇ ਸ਼ੀਦਾਨੂ ਮਾਰਨੇ ਬੜੀਆਂ ਬਖਸ਼ਿਸ਼ਾਂ ਦਿੱਤੀਆਂ ਜੀ ਭਾਈ ਮਤੀ ਦਾਸ ਜੀ ਗੁਰੂ ਸਾਹਿਬ ਦੇ دیਵਾਨ ਨੇ ਜੀ دیਵਾਨ ਉਹਨੂੰ ਕਹਿੰਦੇ ਜਿਹੜਾ ਮਾਇਆ ਸਾੰਬੇ ਜੀ ਖਜਾਨਚੀ ਹੋਵੇ ਹਾਂਜੀ ਆਮਦ ਖਰਚ ਸੰਬਾਰਨ ਠਾਨ ਕੀ ਆਉਂਦਾ ਕੀ ਖਰਚ ਹੁੰਦਾ ਇਹਦਾ ਸਾਰਾ ਲੇਖਾ ਜੋਖਾ ਵੀ ਰੱਖਦੇ ਆ ਤੇ ਮਾਇਆ ਵੀ ਸੰਭਦੇ ਆ ਜੀ ਹਾਂਜੀ ਦੋਹਰਾ ਕਿਤਕ ਮਾਸ ਸ੍ਰੀ ਸਤਗੁਰੂ ਪਟਣੇ ਵਿਖੇ ਬਿਤਾਏ ਇਸ ਤਰੀਕੇ ਨਾਲ ਕਈ ਮਹੀਨੇ ਸੱਚੇ ਪਾਤਸ਼ਾਹ ਜੀ ਪਟਨਾ ਸਾਹਿਬ ਵਿਖੇ ਬਤੀਤ ਕੀਤੇ ਮਹਾਰਾਜ ਨੇ ਗੰਮਨਾ ਹੈ ਅਬ ਪੰਜਾਬ ਕੋ ਉਰ ਅਬੇ ਲੱਖ ਉਠਾਇ ਤੇ ਹੁਣ ਮਹਾਰਾਜ ਨੇ ਫੁਰਨਾ ਬਣਾਇਆ ਵੀ ਪੰਜਾਬ ਨੂੰ ਚਾਲਾ ਪਾਈਏ ਫੁਰਨਾ ਬਣਾਇਆ ਵੀ ਹੁਣ ਪੰਜਾਬ ਚਲੀ ਗਏ ਜੀ ਤੇ ਮਹਾਰਾਜ ਨੇ ਹਾਂਜੀ ਚਾਉ ਪਈ ਬਾਤ ਨਾਨਕੀ ਸੋ ਤਬ ਕਹਿਓ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਆਪਣੇ ਮਨ ਦੀ ਗੱਲ ਆਪਣੇ ਮਾਤਾ ਜੀ ਨੂੰ ਦੱਸੀ ਜੀ ਵੇਖੋ ਇਹ ਬੜੀ ਵਧੀਆ ਗੱਲ ਹੈ ਨੌਜਵਾਨ ਵੀ ਸੁਣਦੇ ਹੋਣਗੇ ਆਪਣੇ ਮਨ ਦੀ ਗੱਲ ਸਭ ਤੋਂ ਪਹਿਲਾਂ ਆਪਣੀ ਮਾਤਾ ਨਾਲ ਕਰਿਆ ਕਰੋ ਮਾਰਾ ਜੀ ਨੇ ਆਪਣੇ ਮਾਤਾ ਜੀ ਦੇ ਨਾਲ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਹਾਂਜੀ ਹਮ ਪ੍ਰਸਥਾਨ ਯਾਪਨੋ ਲਹਯੋ ਮਾਤਾ ਜੀ ਹੁਣ ਅਸੀਂ ਇੱਥੋਂ ਪੰਜਾਬ ਜਾਣਾ ਚਾਹੁੰਨੇ ਹਾਂ ਹਾਂਜੀ ਵੱਡੋ ਦੇਸ਼ ਪੰਜਾਬ ਹਮਾਰਾ ਸਾਡਾ ਆਪਣਾ ਇਲਾਕਾ ਪੰਜਾਬ ਅਸੀਂ ਉੱਥੇ ਜਾਣਾ ਚਾਹੁੰਨੇ ਹਾਂ त्याग्यो बीत्यो समा उदारा बड़ा लंबा समय हो गया पंजाब ਛੱਡੇ ਨੂੰ ਸੋ ਹੁਣ ਅਹੀ ਪੰਜਾਬ ਜਾਣਾ ਚਾਹੁੰਦੇ ਸੱਤ ਅੱਠ ਸਾਲ ਦਾ ਵਕਵਾ ਪਿਆ ਜੀ ਇਸ ਕੰਮ ਦੇ ਵਿੱਚ ਹਾਂਜੀ ਕੇਤਕ ਸਮਤ ਇਤਹਿ ਬਤਾਏ ਕਈ ਸਾਲ ਹੋ ਗਏ ਮਹਾਰਾਜ ਕਹਿੰਦੇ ਇਸ ਇਲਾਕੇ ਵਿੱਚ ਵਿਚਰਦਿਆਂ ਸਾਨੂੰ ਹਾਂਜੀ ਪੂਰਬ ਬਸੇ ਅਦ ਕ ਸੁਖ ਪਾਏ ਪੂਰਬ ਦੇ ਇਲਾਕੇ ਵਿੱਚ ਰਹਿੰਦੇ ਆ ਕਈ ਸਾਲ ਹੋ ਗਏ ਬੜਾ ਸੁੱਖ ਮਿਲਿਆ ਸਾਨੂੰ ਮਹਾਰਾਜ ਕਹਿੰਦੇ ਹਾਂਜੀ ਅਬ ਆਨੰਦਪੁਰ ਦੇਖੇ ਜਾਈ ਆਖੋ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਮਾਰਾ ਕਹਿੰਦੇ ਹੁਣ ਆਨੰਦਪੁਰ ਜਾਣਾ ਆਨੰਦਪੁਰ ਜਾ ਕੇ ਦੇਖੀਏ ਹਾਂਜੀ ਜੋ ਆਵਤ ਹਮਦਿਯੋ ਬਸਾਈ ਅਸੀਂ ਆਪ ਆਨੰਦਪੁਰ ਵਸਾਇਆ ਤੇ ਆਨੰਦਪੁਰ ਵਿੱਚ ਵੀ ਜਾਣਾ ਚਾਹੀਦਾ ਸਾਨੂੰ ਹਾਂਜੀ ਤੇ ਸਹਿ ਬਸਾਵਨ ਕਰੇ ਵਿਸਾਲਾ ਹੁਣ ਉਹਨੂੰ ਹੋਰ ਵੱਡਿਆਂ ਕਰੀਏ ਕਹਿਣ ਲੱਗੇ ਆਨੰਦਪੁਰ ਹੋਰ ਵੱਡਾ ਕਰ ਦਿੱਗੇ ਨਹ ਦੇਖਿਓ ਬੀਤਿਓ ਚਿਰ ਕਾਲਾ ਲੰਮਾ ਸਮਾਓ ਗਿਆ ਆਨੰਦਪੁਰ ਵੇਖਿਆ ਹੀ ਨਹੀਂ ਐ ਸੋ ਹੁਣ ਆਨੰਦਪੁਰ ਸਾਹਿਬ ਵੇਖਣਾ ਹਾਂਜੀ ਪੁਰਕੀ ਸਾਰ ਸੰਭਾਲ ਹੈ ਜਾਏ ਆਪਣੇ ਨਗਰ ਦੀ ਵੀ ਸਾਰ ਲਈਏ ਕਹਿਣ ਲੱਗੇ ਹਾਂਜੀ ਏਮਸੋ ਨਮਾਤ ਦ੍ਰਿਗਨ ਜਲ ਆਏ ਤੇ ਮਾਤਾ ਜੀ ਤੁਸੀਂ ਹੁਣ ਅਜੇ ਕੁਝ ਸਮਾਂ ਇੱਥੇ ਹੀ ਰਹੁ ਆਖੋ ਵਾਹਿਗੁਰੂ ਵਾਹਿਗੁਰੂ ਹੁਣ ਮਹਾਰਾਜ ਤੇ ਕਈ ਸਾਲ ਤੋਂ ਉਸ ਪਾਸੇ ਲਾਏ ਜੀ ਹੁਣ ਥੋੜੇ ਮਹੀਨੇ ਹੋਏ ਆਇਆਂ ਨੂੰ ਤੇ ਮਹਾਰਾਜ ਫਿਰ ਚੱਲਾ ਪਿਆ ਜੀ ਤੇ ਜਦੋਂ ਮਾਤਾ ਨਾਨਕੀ ਜੀ ਨੇ ਸੁਣਿਆ ਮਾਤਾ ਜੀ ਦੇ ਨੇਤਰਾਂ 'ਚ ਬਿਰਾਗ ਆਇਆ ਜੀ ਹਾਂਜੀ ਕੇਤਕ ਸਮਤ ਪ੍ਰਥਮ ਬਤਾਏ ਮਾਤਾ ਜੀ ਕਹਿਣ ਲੱਗੇ ਮਹਾਰਾਜ ਕਈ ਮਹੀਨ ਕਈ ਸਾਲ ਤੂੰ ਤੁਸੀਂ ਉਸ ਇਲਾਕੇ ਵਿੱਚ ਬਤੀਤ ਕੀਤੇ ਹੈ ਬਿਸ਼ਰ ਰਹੇ ਪੂਰਬ ਦਿਸ ਜਾਏ ਵਿਛੋੜਾ ਰਿਆ ਪਰਿਵਾਰ ਦਾ ਪਰਿਵਾਰ ਇਕੱਠਾ ਨਹੀਂ ਹੋਇਆ ਸਾਰਾ ਚਿਰੰਕਾਲ ਮਹ ਦਰਸ਼ਨ ਦੀਨਾ ਹੁਣ ਲੰਮੇ ਸਮੇ ਬਾਦ ਤੁਸਾਂ ਸਾਨੂੰ ਪਟਨੇ ਦੀ ਧਰਤੀ ਤੇ ਆ ਕੇ ਦਰਸ਼ਨ ਦਿੱਤੇ ਆ ਅਬ ਪੁਨ ਚਾਹੋ ਪਿਆਨੋ ਕੀਨਾ ਤੇ ਮਹਾਰਜ ਹੁਣ ਫੇਰ ਆਪ ਜੀ ਅੱਗੇ ਜਾਣਾ ਚਾਹੁੰਦੇ ਹੁਣ ਫੇਰ ਆਪ ਜੀ ਨੇ ਅੱਗੇ ਫੁਰਨਾ ਬਣਾ ਲਿਆ ਦੇਖਨ ਕੋ ਤਰਸਤ ਚਿਤ ਰਹੇ ਮਾਤਾ ਜੀ ਦਾ ਬਹੁਤਾ ਪਿਆਰ ਮਾਤਾ ਜੀ ਕੇ ਨ ਮਹਾਰਾਜ ਸਾਡਾ ਤੇ ਚਿੱਤ ਤਰਸਦਾ ਰਹਿੰਦਾ ਤੁਹਾਡੇ ਦਰਸ਼ਨਾਂ ਲਈ ਹਾਂਜੀ ਤੋਮਾ ਬੈਨ ਨ ਕੀਮਤੀ تیرਜ ਉਰ ਲਹੇ ਆਪ ਜੀ ਤੋਂ ਬਗੈਰ ਸਾਨੂੰ ਤੀਰਜ ਨਹੀਂ ਵੱਜਦਾ ਤੀਰਜ ਨਹੀਂ ਆਉਂਦਾ ਹਾਂਜੀ ਸੁਣ ਸਤ ਗੁਰ ਮ੍ਰਿਤ ਬਾਖ ਬਖਾਨੇ ਤੇ ਗੁਰੂ ਤੇਗ ਬਹਾਦਰ ਸਹਿ ਪੜਾ ਮਿੱਠਾ ਬੋਲਦੇ ਆ ਖਿੱਚਦੇ ਨਹੀਂ ਆ ਸ਼ਾਂਤੀ ਨਾਲ ਬੋਲਦੇ ਆ ਪ੍ਰੇਮ ਨਾਲ ਬੋਲਦੇ ਆ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਾਤਾ ਜੀ ਨੂੰ ਬੜੇ ਮਿੱਠੇ ਬੋਲਾਂ ਵਿੱਚ ਉੱਤਰ ਦਿੱਤਾ ਸਤਿਗੁਰੂ ਜੀ ਨੇ ਹਮ ਪੰਜਾਬ ਅਬ ਕਰਹਿ ਪਿਆਨੇ ਮਹਾਰਾਜ ਕਹਿੰਦੇ ਮਾਤਾ ਜੀ ਹੁਣ ਜ਼ਰੂਰਤ ਹੈ ਕੀ ਹੈ ਅਸੀਂ ਪੰਜਾਬ ਜਾਵਾਂਗੇ ਹਾਂਜੀ ਤਹਾਂ ਬਸੇ ਜਬ ਕੇਤਕ ਕਾਲ ਕਰਹਿ ਪਠਾਵਨ ਸੁਦਦਰ ਹਾਲ ਮਹਾਰਾਜ ਕਹਿਣ ਲੱਗੇ ਉੱਥੇ ਕੁਝ ਸਮਾਂ ਰਵਾਂਗੇ ਫਿਰ ਤੁਹਾਨੂੰ ਖਬਰ ਭੇਜਾਂਗੇ ਹਾਂਜੀ ਇਤਨਹਿ ਮੈਂ ਇਹ ਸਹਬ ਜਾਦਾ ਓਨੇ ਚਿਰ ਨੂੰ ਸਹਬ ਜਾਦਾ ਬਾਲਾ ਪ੍ਰੀਤਮ ਦੀ ਹਾਂਜੀ ਵਧੇ ਸਰੀਰ ਓਜ ਹੋਏ ਜਿਆਦਾ ਉਹਨਾਂ ਦਾ ਸਰੀਰ ਵੱਡਾ ਹੋ ਜਾਏਗਾ ਬਲ ਤਾਕਤ ਜਿਆਦੀ ਆਵੇਗੀ ਹਾਂਜੀ ਤਬਜ ਤਬਲੇ ਕਾਰਨ ਦੇਜ ਸੰਖ ਸੰਗ ਸੁਖਾਰੇ ਹਾਂਜੀ ਉਤਕੋ ਆਵਹਿ ਬਿਲਮ ਬਿਸਾਰੇ ਮਹਾਰਾਜ ਕਹਿਣ ਲੱਗੇ ਫੇਰ ਤੁਸੀਂ ਸਹਿਬਜ਼ਾਦੇ ਨੂੰ ਨਾਲ ਲੈ ਕੇ ਤੇ ਆਨੰਦਪੁਰ ਆ ਜਾਇਓ ਤੁਹਾਨੂੰ ਚਿੱਠੀ ਭੇਜਾਂਗੇ ਆਪਾਂ ਵੇਖੋ ਗੁਰੂ ਸਾਹਿਬ ਮੋਹ ਦੀਆਂ ਤੰਦਾਂ ਨੂੰ ਤੋੜਨ ਦੇ ਆ ਕਿਉਂ ਅਜੇ ਤੇ ਪੰਜਾਬ ਹੀ ਚੱਲੇ ਐ ਆਉਣ ਵਾਲੇ ਸਮੇਂ 'ਚ ਦਿੱਲੀ ਦੀ ਧਰਤੀ ਤੇ ਜਾਣਾ ਤੇ ਪਰਤ ਕੇ ਸ਼ਰੀਰ ਕਰਕੇ ਵਾਪਸ ਆਉਣਾ ਹੀ ਨਹੀਂ ਜੀ ਸ਼ੇ ਦੇ ਦੇਣ ਜਾਣਾ ਸਤਿਗੁਰੂ ਜੀ ਦੇ ਮਾਰੇ ਮੋਹ ਦੀਆਂ ਤੰਦਾਂ ਤੋੜ ਰਹਾ ਜੀ ਹਾਂ ਜੀ ਇਸੇ ਹੇਤ ਹਮ ਕਰਹਿ ਪਿਆਨਾ ਮਾਰਾ ਕਹਿੰ ਲੱਗੀ ਇਸ ਕਰਕੇ ਅਸੀਂ ਜਾ ਰਹੇ ਆਂ ਸਾਬ ਜਦਾ ਜੀ ਵੱਡੇ ਹੋਣਗੇ ਉਹਨਾਂ ਨੂੰ ਲੈ ਆਇਓ ਹਾਂ ਜੀ ਲੱਗ ਗੁਰ ਸੰਗ ਬਸੋ ਨਿਜ ਥਾਨਾ ਵਾ ਵਾ ਮਾਰਾ ਕਹਿੰਦੇ ਛੋਟੇ ਗੁਰੂ ਜੀ ਨੇ ਛੋਟੇ ਆਖੋ ਵਾਹਿਗੁਰੂ ਵਾਹਿਗੁਰੂ ਉਮਰ ਤੂ ਛੋਟੀ ਆ ਮਾਰਾ ਕਹਿੰਦੇ ਅਜੇ ਉਹਨਾਂ ਦੇ ਕੋਲ ਰਹਿਓ ਹਾਂਜੀ ਕਹੈਂ ਮਾਤ ਉਤ ਅਦਕ ਬਖੇਰੇ ਮਾਤਾ ਜੀ ਕਨੇ ਮਹਾਰਾਜੋ ਦਰਬਾਰੇ ਲੜਾਈ ਝਗੜੇ ਹੈਗੇ ਆ ਹਾਂਜੀ ਆਲਪ ਬੈਸ ਮੈਂ ਤੁਮ ਜਬਹੇਰੇ ਜਦੋਂ ਤੁਸੀਂ ਛੋਟੇ ਸੀਗੇ ਛੋਟੀ ਉਮਰ ਵਿੱਚ ਸੀ ਉਦੋਂ ਦੇ ਤੁਸੀਂ ਉਥੇ ਲੜਾਈ ਝਗੜੇ ਵੇਖ ਰਹੇ ਹੋ ਹਾਂਜੀ ਅਨਕ ਭਾਂਤ ਉਤ ਪਾਤ ਵਿਸਾਲੇ ਸੋਢ ਹੀ ਕਰੇ ਸ਼ਰੀਕ ਨਾਲ ਮਹਾਰਾਜ ਉਥੇ ਕਿਹੇ ਮੈਂ ਕਿਹੇ ਤਰੀਕੇ ਨਾਲ ਕੰਮ ਸ਼ੁਰੂ ਹੀ ਰੇਂਦਾ ਪੰਜਾਬ ਚ ਆਕੋ ਵਾਹਿਗੁਰੂ ਵਾਹਿਗੁਰੂ ਇਹ ਤੇ ਹੁਣ ਵੀ ਸੱਚ ਹੈਗਾ ਜੀ ਮੇਰੇ ਖਿਆਲ ਨਾਲ ਕੋਈ ਵਰਨਾ ਹੀ ਮਹੀਨਾ ਸੁੱਕਾ ਲੰਘਦਾ ਜੀ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਨਵੀਂ ਗੱਲ ਆਈ ਹੁੰਦੀ ਹੈ ਨਵੀਂ ਗੱਲ ਆਈ ਹੁੰਦੀ ਹੈ ਮਾਤਾ ਜੀ ਕਹਿੰਦੇ ਮਹਾਰਾਜ ਉੱਥੇ ਕਿਸੇ ਨਾ ਕਿਸੇ ਤਰੀਕੇ ਦਾ ਮਾਰਾ ਕੋਈ ਨਾ ਕੋਈ ਬੁਖਾਰ ਤੇ ਸ਼ੁਰੂ ਹੀ ਰਹਿੰਦਾ ਸੋੜੀ ਰਹਿੰਦੇ ਈਰਖਾ ਕਰਦੇ ਤੁਹਾਡੇ ਨਾਲ ਦੇਖ ਸਮਾਜ ਜਵਲਤ ਹੋਏ ਛਾਤੀ ਆਪ ਜੀ ਦਾ ਤੇਜ ਪ੍ਰਤਾਪ ਬੜਾ ਵੱਡਾ ਤੇ ਮਹਾਰਾਜ ਤੁਹਾਡਾ ਤੇਜ ਪ੍ਰਤਾਪ ਵੇਖ ਕੇ ਉਹ ਦੁਖੀ ਹੁੰਦੇ ਰਹਿੰਦੇ ਆ ਹਾਂਜੀ ਬਨ ਹੈ ਦੁਖਦ ਜਿ ਮਦੀਹ ਅarati ਤੇ ਮਹਾਰਾਜ ਕਹਿੰਦੇ ਮਹਾਵਾਹਿਗੁਰੂ ਮਾਤਾ ਜੀ ਕਹਿੰਦੇ ਕਹਿੰਦੇ ਮਹਾਰਾਜ ਉਹ ਵੈਰੀ ਬਣ ਕੇ ਤੇ ਵੈਰੀਆਂ ਵਾਲਾ ਵਰਤਾਓ ਆਪ ਜੀ ਦੇ ਨਾਲ ਕਰਦੇ ਆ ਹਾਂਜੀ ਜਬ ਕੋ ਇਤ ਦੇਸ਼ ਕੋ ਚਲ ਆਏ ਬਿਨ ਉਤਪਾਤ ਬਹੁਤ ਸੁਖ ਪਾਏ ਮਹਾਰਾਜ ਜਦੋਂ ਦੇ ਪਟਨੇ ਆਏ ਲੜਾਈ ਝਗੜਤ ਨਹੀਂ ਨ ਹੋਇਆ ਇੱਥੇ ਆਖੋ ਵਾਹਿਗੁਰੂ ਵਾਹਿਗੁਰੂ ਬੜੀ ਸੁਖ ਸ਼ਾਂਤੀ ਹੈ ਇੱਥੇ ਹਾਂਜੀ ਕਹਾ ਗ੍ਰਾਮ ਅਰ ਨਗਰ ਬਸਾਵਨ ਹਾਂਜੀ ਕਰਹੁ ਕਹਾ ਤਿਮਤੇ ਕੁਛ ਪਾਵਨ ਸੱਚੇ ਪਾਤਸ਼ਾਹ ਠੀਕ ਹੈ ਨਗਰ ਵਸ ਗਿਆ ਮਹਾਰਾਜ ਤੁਸੀਂ ਤੇ ਜਿੱਥੇ ਚਾਹੋ ਉੱਥੇ ਨਗਰ ਬਸਾ ਸਕਦੇ ਹੋ ਹਾਂਜੀ ਗਮਾ ਨਾ ਕਰੋ ਨਹ ਮਸਲਤ ਮੋਰੀ ਮੇਰੀ ਤੇ ਬੇੰਤੀ ਆ ਵੀ ਪੰਜਾਬ ਨਾ ਜਾਵੋ ਬਸਨ ਆ ਭਲੋ ਪੂਰਬ ਦਿਸ ਓਰੀ ਇਸ ਪਾਸੇ ਹੀ ਰਹਿਨੇ ਆ ਵੇਖੋ ਕਿੰਨੀ ਸੁਖ ਸ਼ਾਂਤੀ ਆ ਇੱਥੇ ਹਾਂਜੀ ਸੋਨ ਸਤਗੁਰ ਮਾਤਾ ਸਮਝਾਈ ਪਰ ਇਹ ਗੱਲ ਬਣਨੀ ਨਹੀਂ ਨਾ ਆਖੋ ਵਾਹਿਗੁਰੂ ਵਾਹਿਗੁਰੂ ਕਸ਼ਮੀਰੀ ਪੰਡਤਾਂ ਨੂੰ ਦੂਰ ਆਉਣਾ ਪੈਣਾ ਨਾ ਜੀ ਚੱਲ ਕੇ ਹਾਂਜੀ ਮਹਾਰਾਜ ਸੱਚੇ ਬਾਦਸ਼ਾਹ ਜੀ ਮਾਤਾ ਜੀ ਨੂੰ ਸਮਝਾਉਂਦੇ ਐ ਹਾਂਜੀ ਹੋਤੇ ਪਿਤਾ ਸਮਰੱਥ ਗੋਸਾਈ ਮਹਾਰਾਜ ਕਹਿਣ ਲੱਗੇ ਮਾਤਾ ਜੀ ਸਾਡੇ ਪਿਤਾ ਜੀ ਮਾਲਕ ਸਮਰੱਥ ਸਨ ਹਾਂਜੀ ਤੁਰਕੇਸ਼ਰ ਕੇ ਸੰਗ ਬਖੇਰਾ ਤੇ ਕਿੰਨਾ ਬਾਦਸ਼ਾਹ ਨਾਲ ਉਹਨਾਂ ਦਾ ਜੰਗ ਹੋਇਆ ਕਿੰਨੀ ਲੜਾਈ ਹੋਈ ਉਹਨਾਂ ਦੀ ਰਹੇ ਉਸ ਦੀਵ ਜੰਗ ਕੋ ਛੇਰਾ ਬਾਦਸ਼ਾਹ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਆਪ ਹੀ ਜੰਗ ਛੇੜੀ ਰੱਖਦਾ ਸੀਗਾ ਹਾਂਜੀ ਹਾਂ ਮੈਂ ਕਿ ਸਕੇ ਸੰਗ ਦੁਐਸ਼ ਨਾ ਤਰਾਂ ਪਰ ਮਹਾਰਾਜ ਕਹਿਣ ਲੱਗੇ ਮਾਤਾ ਜੀ ਸਾਡਾ ਤੇ ਕੋਈ ਦੁਐਸ਼ ਨਹੀਂ ਹੈਗਾ ਕਿਸੇ ਨਾਲ ਮਾਤਾ ਸਾਰਾ ਬੈਰ ਅਪਰ ਕੋ ਕਰੈ ਬੈਰ ਈਰਖਾ ਉਹ ਕਰਦੇ ਆ ਨਾ ਅਸੀਂ ਤਾਂ ਨਹੀਂ ਨਾ ਕਰਦੇ ਕਹਿਣ ਲੱਗੇ ਹਾਂ ਜੇ ਤਹਾਂ ਪਹੁੰਚੇ ਬਿਨ ਸਰੇ ਨਾ ਕਾਜੂ ਮਾਰ ਕੇ ਨੇ ਮਾਤਾ ਜੀ ਬੜੇ ਇਹੋ ਜੇ ਕੰਮ ਹੈ ਜਿਹੜੇ ਪੰਜਾਬ ਜਾ ਕੇ ਹੀ ਹੋਣੇ ਆ ਆਖੋ ਵਾਹਿਗੁਰੂ ਵਾਹਿਗੁਰੂ ਪੰਜਾਬ ਨਾ ਗਏ ਤੇ ਗੱਲ ਬਣਨੀ ਨਹੀਂ ਹੈ ਹੁਣ ਗੁਰੂ ਸਾਹਿਬ ਤੇ ਗੁਰੂ ਸਾਹਿਬ ਹੀ ਨੇ ਆਖੋ ਧੰਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤ ਗੁਰੂ ਜੀ ਸਤ ਗੁਰੂ ਜੀ ਨੇ ਮਹਾਰਾਜ ਨੂੰ ਪਤਾ ਸਾਰੀ ਗੱਲ ਦਾ ਜੀ ਮਾਰਾ ਕਹਿਣ ਲੱਗੇ ਪੰਜਾਬ ਜਾਣ ਤੋਂ ਬਗੈਰ ਗੱਲ ਨਹੀਂ ਬਣਨੀਏ ਜਾਣਾ ਹੀ ਪੈਣਾ ਕਹਿਣ ਲੱਗੇ ਹਾਂਜੀ ਆਪਨੋ ਵੰਸ ਵਿਸਾਲ ਸਮਾਜੋ ਫੇਰ ਕਰਿਓ ਆਪਨੋ ਵੰਸ ਵਿਸਾਲ ਸਮਾਜੋ ਉੱਥੇ ਆਪਣਾ ਵੰਸ ਹੈ ਤੇ ਬੜਾ ਸਾਜੋ ਸਮਾਨ ਹੈ ਬੜੀ ਕੁੱਲ ਹੈ ਆਪਣੀ ਉੱਥੇ ਹਾਂਜੀ ਤਿੰਨ ਮਹਿ ਇਹ ਪ੍ਰਕਾਸ਼ ਕੋ ਧਰ ਉਡਗਨ ਬਿਖੇ ਚੰਦ ਜਿਓ ਕਰਾ ਮਾਰਾ ਕਹਿਣ ਲੱਗੇ ਮਾਤਾ ਜੀ ਤੁਸੀਂ ਵੇਖਿਓ ਆਉਣ ਵਾਲੇ ਸਮੇਂ ਵਿੱਚ ਉਹ ਜਿੰਨੇ ਵੀ ਨਾ ਉਥੇ ਸਾਡੇ ਨਾਲ ਈਰਖਾ ਕਰਨ ਵਾਲੇ ਉਹ ਸਾਰੇ ਤਾਰਿਆਂ ਵਰਗੇ ਐ ਤੇ ਤਾਰਿਆਂ ਵਿੱਚ ਜਿਵੇਂ ਚੰਦ ਸੋਹਣਾ ਲੱਗਦਾ ਨਾ ਓਵੇਂ ਸਾਡੇ ਪੁੱਤਰ ਨੇ ਸੋਹਣੇ ਲੱਗਿਆ ਕਰਨਾ ਉਥੇ ਹਣ ਸਾਰੇ ਪੰਜਾਬ ਵਿੱਚ ਇੱਕ ਸਿੱਖ ਨੂੰ ਪੁੱਛੋ ਵੀ ਸਭ ਤੋਂ ਸੁਹਾਣੀ ਧਰਤੀ ਕਿਹੜੀ ਆ ਤੇ ਭਾਵਨਾ ਵਾਲਾ ਕਹੇਗਾ ਵੀ ਅਨੰਦਪੁਰ ਸਾਹਿਬ ਹਾਂਜੀ ਹਰ ਇੱਕ ਦੀ ਇੱਛਾ ਹੁੰਦੀ ਹੈ ਵੀ ਆਨੰਦਪੁਰ ਸਾਹਿਬ ਚੱਲ ਗਏ ਹਾਂਜੀ ਜਿੰਨੋਂ ਕਿਤੇ ਸਲਾਹ ਮਾਰ ਲਓ ਨਾ ਬੰਦਾ ਹੋਵੇ ਸਹੀ ਵੇਲਾ ਜੀ ਕਿਤੇ ਆਉਣਾ ਜਾਣਾ ਨਾ ਹੋਵੇ ਫ੍ਰੀ ਹੋਵੇ ਤੇ ਮਾੜੀ ਜੀ ਸਲਾਹ ਮਾਰ ਕੇ ਵੇਖੋ ਵੀ ਜਾਣਾ ਹੀ ਆਨੰਦਪੁਰ ਉਸੇ ਵੇਲੇ ਹੀ ਤਿਆਰ ਹੁੰਦਾ ਵੀ ਕਿਉਂ ਨਹੀਂ ਜਾਣਾ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਜਾ ਕੇ ਤੇ ਆਨੰਦ ਹੀ ਆ ਜਾਂਦਾ ਜੀ ਉਹ ਹੈ ਹੀ ਆਨੰਦਪੁਰ ਮਹਾਰਾਜ ਨੇ ਬਣਾਇਆ ਜੀ ਮਹਾਰਾਜ ਸੱਚੇ ਪਾਸ਼ਾ ਕਹਿਣ ਲੱਗੇ ਉੱਥੇ ਵੇਖਿਓ ਤੇ ਸਹੀ ਹੈ ਨਾ ਉਹਦਾ ਪ੍ਰਤਾਪ ਕਿੰਨਾ ਵੱਡਾ ਹੁੰਦਾ ਹਾਂਜੀ ਅਨਕ ਬੇਦਨਕ ਕਾਜ ਅਸ਼ੇਸ਼ ਬੜੇ ਕਾਰਜ ਮਹਾਰਾਜ ਕਹਿੰਦੇ ਇਹਨਾਂ ਨੇ ਪੰਜਾਬ ਜੀ ਕਰਨੇ ਆ ਹਾਂਜੀ ਕਰ ਹੈ ਤਹਾਂ ਹੋਏ ਬੈਸ ਬ세ਸ਼ ਇਸ ਕਰਕੇ ਇਹਨਾਂ ਨੂੰ ਜਾਣਾ ਪੈਣਾ ਪੰਜਾਬ ਤੇ ਅਸੀਂ ਤਾਂ ਪਹਿਲਾਂ ਚੱਲੇ ਆ ਹਾਂਜੀ ਇੱਤੇ ਆ ਦਿਕ ਗੁਰ ਕੀਨ ਬਖਾਨ ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਮਾਤਾ ਨਾਨਕੀ ਜੀ ਨਾਲ ਬਚਨ ਕੀਤੇ ਦੇਨਸ ਥਿਰ ਜਰਦਾ ਮਹਾਨ ਹਾਂਜੀ ਉਹਨੇ ਸ਼ੇਰੇ ਗੁਜਰੇ ਸਾਥ ਉਚਾਰਾ ਨਿਜ ਸੁਤਕੇ ਕਰਿ ਇਹ ਅਨੁਸਾਰਾ ਸੱਚੇ ਪਾਤਸ਼ਾਹ ਜੀ ਨੇ ਫਿਰ ਮਾਤਾ ਗੁਜਰੀ ਜੀ ਨੂੰ ਵੀ ਕਿਹਾ ਵੀ ਨਿਜ ਸੁਤਕੇ ਰਹੀ ਹੈ ਅਨੁਸਾਰਾ ਆਪਣੇ ਪੁੱਤਰ ਦੇ ਅਨੁਸਾਰ ਰਹਿਣਾ ਇਸ ਤਰੀਕੇ ਨਾਲ ਹੁਣ ਮਹਾਰਾਜ ਪੰਜਾਬ ਨੂੰ ਚੱਲ ਹਪਾ ਰਹੇ ਐ ਅਗੋ ਕਥਾ ਕੱਲ ਨੂੰ ਸਰਵਣ ਕਰਾਂਗੇ ਅੱਜ ਦਾ ਇਹਨਾਂ ਪ੍ਰਸੰਗ ਬਹੁਤ ਹੈ ਗੁਰੂ ਜੀ ਮਿਹਰ ਕਰਨ ਕਿਰਪਾ ਕਰਨ ਬਖਸ਼ਿਸ਼ ਕਰਨ ਤੇ ਅਗਲੇਰੀ ਕਥਾ ਹੁਣ ਅਗੋ ਸ਼ੁਰੂ ਹੋ ਜਾਣੀ ਕਥਾ ਮਹਾਰਾਜ ਜੀ ਦੀ ਸਿੱਧੀ ਦੀ ਜੀ ਹਾਂਜੀ ਉਹ ਸਾਰੇ ਪ੍ਰਸੰਗ ਆਪਾਂ ਪਿਆਰ ਨਾਲ ਸਰਵਣ ਕਰਨੇ ਐ ਹੁਣ ਥੋੜਾ ਸਮਾਂ ਨਾਮ ਜਪ ਲਓ ਫਿਰ ਆਪ ਜੀ ਦੇ ਵਾਸਤੇ ਬਾਹਰ ਜਲ ਪਾਣੀ ਤਿਆਰ ਹੈ ਸਾਰੀਆਂ ਸੰਗਤਾਂ ਨੇ ਜਲ ਪਾਣੀ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਪਿਆਰ ਨਾਲ ਸਾਰੀ ਸੰਗਤ ਕਹੋ ਜੀ ਵਾਹਿਗੁਰੂ 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 ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਆਹੇ ਪਿਆਰ ਨਾਲੋਂ ਪਿਆਰ ਨਾਲ ਰਲ ਕੇ ਕਹੋ ਤੇ ਪਿਆਰ ਨਾਲ ਕਹੋ ਇਹੋ ਤੇ ਜੁੜਨ ਦੀ ਪ੍ਰਕਿਰਿਆ ਹੈ ਵਾਹਿਗੁਰੂ ਨਾਲ ਪਰਮਾਤਮਾ ਨਾਲ ਜੁੜਨ ਦਾ ਇਹੋ ਹੀ ਸਾਧਨ ਹੈ ਪਿਆਰ ਨਾਲ Vai Guru vai, Guru. Vai Guru vai, Guru. Guru Guru. Guru.

ਹੇ ਗੁਰੂ ਵਾਹਿਗੁਰੂ ਵਾਹਿ ਤੇ ਨਿਹ ਕਰੋੜਾਂ ਬਾਣੀ ਵਿੱਚ ਲਿਖਿਆ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਕਰੋੜਾਂ ਬ੍ਰਹਮੰਡ ਨੇ ਕਰੋੜਾਂ ਬ੍ਰਹਮੰਡਾਂ ਦੇ ਵਿੱਚ ਕਰਨ ਵਾਲਾ ਇਸ ਧਰਤੀ ਇਤ ਧਰਤੀ ਬਹੁਤ ਛੋਟੀ ਤੇ ਇਸ ਛੋਟੀ ਜੀ ਧਰਤੀ ਦੇ ਉੱਤੇ ਛੋਟੇ ਜਿਹੇ ਅਸੀਂ ਹੈਗੇ ਆ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਕਰਨ ਵਾਲਾ ਸਭ ਤੋਂ ਵਧੀਆ ਕੰਮ ਜਿਹੜਾ ਹੈਗਾ ਉਹ ਤੁਸੀਂ ਹੁਣੇ ਕੀਤਾ ਸਾਰਿਆਂ ਨੇ ਇਹ ਸਭ ਤੋਂ ਵਧੀਆ ਕੰਮ ਹੈ ਸਭ ਤੋਂ ਵਧੀਆ ਕੰਮ ਹੈ ਉੱਚਾ ਸੁੱਚਾ ਤੇ ਵਧੀਆ ਕੰਮ ਕੀ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਗੁਰਵਾਹੇ ਗੁਰ ਵਾਹਿਗੁਰਵਾਹੇ ਗੁਰ ਗੱਜ ਕੇ ਵਾਹਿਗੁਰਵਾਹੇ ਗੁਰ ਵਾਹਿਗੁਰਵਾਹੇ ਗੁਰ ਵਾਹਿਗੁਰਵਾਹੇ ਇਸ ਕੰਮ ਲਈ ਰੱਖਣ ਸਾਰੇ ਸਭ ਤੋਂ ਵਧੀਆ ਕੰਮ ਸਭ ਤੋਂ ਵਧੀਆ ਕੰਮ ਇਹਦੇ ਤੋਂ ਉੱਤੇ ਕੋਈ ਕੰਮ ਨਹੀਂ ਹੋ ਸਕਦਾ ਸਤ ਸੰਗਤ ਵਿੱਚ ਬੈਠ ਕੇ ਵਾਹਿਗੁਰੂ 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 ਪਰਮੇਸ਼ਰ ਦਾ ਨਾਮ ਜਪਣਾ ਸ਼ਰਤ ਮਨ ਵਿੱਚ ਹਾਜ਼ਰ ਹੋਵੇ ਮਹਾਰਾਜ ਕਿਰਪਾ ਕਰੋ ਬਾਹਰ ਜਲ ਪਾਣੀ ਤਿਆਰ ਹੈ ਸਭ ਸੰਗਤ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ